ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਮੈਂਟੂ ਗੁਸਰੀਆ ਜੀ ਦੱਸਣਗੇ ਕਿ ਪੰਜਾਬ ਭਰ ਵਿੱਚ ਜਾਂ ਹੋਰ ਭਾਰਤ ਦੇ ਦੂਸਰੇ ਹਿੱਸਿਆਂ ਦੇ ਵਿੱਚ ਕੀ ਕੁਛ ਹੋ ਰਿਹਾ ਆ ਉੱਥੇ ਕਿਸ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਕੀ ਖਬਰਾਂ ਆ ਰਹੀਆਂ ਨੇ ਗੱਲਬਾਤ ਕਰਦੇ ਹਾਂ ਮੈਂਟੂ ਗੁਸਰੀਆ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸਾਡੀ ਅੱਜ ਦੀ ਆਪਾਂ ਪਹਿਲੀ ਖਬਰ ਨੋਟਬੰਦੀ ਤੇ ਕਰਦੇ ਹਾਂ ਨੋਟਬੰਦੀ ਨੂੰ ਪੀ ਚਿਦੰਬਰਮ ਨੇ ਦੱਸਿਆ ਕਿ ਸਭ ਤੋਂ ਵੱਡਾ ਫਰਾਡ ਆ ਜੇਤਲੀ ਨੇ ਮੋੜਵਾਂ ਜਵਾਬ ਦਿੱਤਾ ਇੱਧਰ ਨਵੀਂ ਕਰੰਸੀ ਬਰਾਮਦਗੀ ਜਾਰੀ ਹੈ ਜੇਕਰ ਕੋਈ ਥਰਮਾਮੀਟਰ ਹੁੰਦਾ ਰਾਸ਼ਟਰਪਤੀ ਚੈੱਕ ਕਰਨ ਵਾਲਾ ਤੇ ਮੇਰੇ ਖਿਆਲ ਦੇ ਨਾਲ ਜਿਹੜੀ ਲਾਈਨਾਂ ਦੇ ਵਿੱਚ ਰਾਸ਼ਟਰਪਤੀ ਇਸ ਵੇਲੇ ਖੜੀ ਹੈ ਉਹ ਸਾਰੇ ਸੰਸਾਰ ਦੇ ਰਿਕਾਰਡ ਤੋੜ ਦਿੰਦੀ ਹੁਣ ਥੋੜੀ ਜਿਹੀ ਕਾਹਲੀ ਵੀ ਪੈਂਦੀ ਪਈ ਹੈ ਰਾਸ਼ਟਰਪਤੀ ਪਰ ਜਦੋਂ ਮੋਦੀ ਦੇ 50 ਮੰਗੇ ਦਿਨ ਚੇਤੇ ਆਉਂਦੇ ਕਿ ਹੁਣ ਥੋੜੇ ਜਿਹੇ ਰਹਿ ਗਿਆ ਫਿਰ ਸੰਭਲ ਜਾਂਦੀ ਆ ਰਾਸ਼ਟਰਪਤੀ 50 ਦਿਨ ਪ੍ਰਧਾਨ ਮੰਤਰੀ ਨੇ ਇਤਰਾ ਮੰਗੇ ਜਿੱਦਾਂ ਚੱਕਦੇ ਇੰਡੀਆ ਦੇ ਵਿੱਚ ਸ਼ਾਹਰੁਖ ਖਾਨ ਨੇ ਆਪਣੀ ਜਿਹੜੀ ਟੀਮ ਦੀਆਂ ਕੁੜੀਆਂ ਸਨ ਹਾਕੀ ਦੀਆਂ ਪਲੇਅਰ ਉਹਨਾਂ ਤੋਂ ਜਿਵੇਂ 70 ਮਿੰਟ ਮੰਗੇ ਸੀ ਕਿ ਮੈਨੂੰ 70 ਮਿੰਟ ਦੇ ਦਿਓ ਸਾਡੇ ਪ੍ਰਧਾਨ ਮੰਤਰੀ ਨੇ ਸਿਰਫ 50 ਦਿਨ ਮੰਗੇ ਆ ਲੋਕ ਇਸੇ ਸਬਰ ਸਬੂਰੀ ਦੇ ਨਾਲ ਕੱਢ ਰਹੇ ਆ ਕਿ 50 ਦਿਨ ਜਿਹੜੇ ਆਉਣ ਵਾਲੇ ਆ ਪਰ ਨਾਲ ਤਰੇਕਦੇ ਵੀ ਆ ਕਿ ਜੇ 50 ਤੋਂ ਬਾਅਦ ਵੀ ਇਹ ਖਿਲਾਰਾ ਇਸੇ ਤਰ੍ਹਾਂ ਖਿਲ ਰਿਹਾ ਰਿਹਾ ਤੇ ਜਾਵਾਂਗੇ ਕਿੱਧਰ ਇਸੇ ਦੌਰਾਨ ਸਿਆਸਤ ਹੈ ਜਿਹੜੀ ਉਹ ਆਪਣੀਆਂ ਚੋਭਾਂ ਇੱਕ ਦੂਜੇ ਨੂੰ ਲਾਈ ਜਾਂਦੀ ਹੈ ਅੱਜ ਪੀ ਚਿਦੰਬਰਮ ਜਿਹੜਾ ਸਾਬਕਾ ਖਜ਼ਾਨਾ ਮੰਤਰੀ ਵੀ ਰਿਹਾ ਭਾਰਤ ਦਾ ਉਹਨੇ ਇਹ ਬਹੁਤ ਵੱਡੀ ਤੰਜ ਕੱਸੀ ਇਹਨਾਂ ਤੇ ਕਹਿੰਦਾ ਕਿ ਨੋਟਬੰਦੀ ਮੇਰਾ ਫਰੋਡ ਆ ਔਰ ਇਹ ਫਰੋਡ ਹੈ ਜਿਹੜਾ ਇਹ ਬਹੁਤ ਵੱਡਾ ਫਰੋਡ ਆ ਵੱਡੇ ਦਾ ਕਹਿਣ ਦਾ ਮਤਲਬ ਕਿ ਜਿਹੜਾ ਸਾਡੇ ਕਾਰਜਕਾਲ ਚ ਫਰੋਡਾਂ ਦਾ ਸਿਲਸਿਲਾ ਚੱਲਦਾ ਰਿਹਾ ਘੁਟਾਲਿਆਂ ਦਾ ਸਿਲਸਿਲਾ ਚੱਲਦਾ ਰਿਹਾ ਉਹ ਤੇ ਛੋਟੇ ਰਹਿ ਜਾਣੇ ਆ ਇਹ ਬਹੁਤ ਵੱਡਾ ਨਿਕਲੇਗਾ ਦੂਜੇ ਪਾਸਿਓਂ ਜੇਤਲੀ ਸਾਹਿਬ ਹੈ ਜਿਹੜੇ ਉਹਨੇ ਮੋੜਵਾਂ ਜਵਾਬ ਦਿੱਤਾ ਉਹ ਕਹਿੰਦਾ ਕਿ ਜਿਹੜੇ ਭ੍ਰਿਸ਼ਟਾਖੋਰੀ ਚ ਡੁੱਬੇ ਲੋਕ ਆ ਉਹ ਇਹਦਾ ਵਿਰੋਧ ਕਰਦੇ ਪਏ ਆ ਇਸ ਤਰ੍ਹਾਂ ਇੱਕ ਦੂਜੇ ਤੇ ਇਹ ਆਰੋਪ ਪ੍ਰਤੀਰੋਪ ਜਿਹੜੇ ਲਾਈ ਜਾਂਦੇ ਆ ਪਰ ਦੂਜੇ ਪਾਸੇ ਇਹ ਕਹਾਣੀ ਹੁਣ ਕਿਸੇ ਹੋਰ ਪਾਸੇ ਤੁਰਨ ਲੱਗ ਪਈ ਆ ਅੱਜ RBI ਦਾ ਇੱਕ ਕਰਮਚਾਰੀ ਫੜਿਆ ਗਿਆ ਬੰਗਲੌਰ ਦੇ ਵਿੱਚ 6-7 ਦਲਾਲ ਵੀ ਫੜੇ ਗਏ ਆ ED ਨੇ ਗਾਹਕ ਬਣ ਕੇ ਦਲਾਲ ਵੀ ਫੜੇ ਆ ਬਹੁਤ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਕਾਲੇ ਮਲੇ ਜਿਹੜੇ ਨਿਕਲ ਕੇ ਆਉਂਦੇ ਪਏ ਸਾਹਮਣੇ ਜੋ ਲੋਕੀ ਸ਼ੱਕ ਪ੍ਰਗਟਾਉਂਦੇ ਪਏ ਸੀ ਕਿ ਇਸ ਤਰ੍ਹਾਂ ਦਾ ਜਿਹੜਾ ਕੰਮ ਚੱਲਦਾ ਪਿਆ ਕਿ ਇੱਕ ਪਾਸੇ 2-2 ਹਜ਼ਾਰ ਦੇ ਇੱਕ ਨੋਟ ਨੂੰ ਹਾਸਲ ਕਰਨ ਲਈ ਲੋਕ ਆ ਜਿਹੜੇ ਤਰਲੇ ਕੱਢਦੇ ਪਏ ਆ ਹਾੜੇ ਕੱਢਦੇ ਪਏ ਆ ਦੂਜੇ ਪਾਸੇ ਟਰੰਕਾਂ ਦੇ ਟਰੰਕ ਸੰਦੂਕਾਂ ਦੇ ਸੰਦੂਕ ਭਰੇ ਨਵੀਂ ਕਰੰਸੀ ਦੇ ਫੜੇ ਜਾਂਦੇ ਆ ਕਿਤੇ ਨਾ ਕਿਤੇ ਕੋਈ ਵੱਡਾ ਗੱਠਜੋੜ ਆ ਹੁਣ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ ਕਿ ਬੈਂਕਾਂ ਦੇ ਕਰਮਚਾਰੀ ਵੀ ਰਲੇ ਹੋਏ ਸਨ ਇਕੱਲੇ ਬੈਂਕਾਂ ਦੇ ਕਰਮਚਾਰੀ ਨਹੀਂ RBI ਦੇ ਕਰਮਚਾਰੀ ਵੀ ਕੁਛ ਹੈ ਜਿਹੜੇ ਉਹ ਇਸ ਖੇਡ ਦੇ ਵਿੱਚ ਸ਼ਾਮਲ ਸੀ ਹੁਣ ਸਰਕਾਰ ਜਦੋਂ ਇਸ ਕਹਾਣੀ ਨੂੰ ਮੋੜਾ ਪੈਂਦਾ ਵੇਖਦੀ ਹੈ ਉਹ ਹੁਣ ਆਪਣਾ ਪੈਂਤਰਾ ਜਿਹੜਾ ਉਹ ਵੀ ਮੋੜਵਾਂ ਕਰ ਲੈਂਦੀ ਹੈ ਹੁਣ ਸਰਕਾਰ ਕਾਲੇ ਧਨ ਦਾ ਸ਼ਬਦ ਹੈ ਜਿਹੜਾ ਉਹ ਵਾਰ ਵਾਰ ਨਹੀਂ ਵਰਤਦੀ ਹੁਣ ਕੈਸ਼ਲੈਸ ਇਕੋਨਮੀ ਹੈ ਜਿਹੜੀ ਉਹਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਕਿਉਂਕਿ ਕਾਲਾ ਧਨ ਤੇ ਦੇਖੋ ਜਿਹੜਾ ਬੈਂਕਾਂ ਦੇ ਵਿੱਚ ਧਨ ਜਮ੍ਹਾਂ ਹੋ ਗਿਆ ਲੋਕਾਂ ਦੀ ਜੇਬ ਚੋਂ ਨਿਕਲ ਕੇ ਉਹਦੇ ਚ ਵੀ ਕੁਛ ਵੀ ਸਾਹਮਣੇ ਨਹੀਂ ਆਇਆ ਕੁਛ ਵੀ ਸਾਹਮਣੇ ਨਹੀਂ ਆਇਆ ਜਦਕਿ ਨੁਕਸਾਨ ਹੈ ਜਿਹੜਾ ਦੁੱਗਣਾ ਹੋ ਗਿਆ ਉਹ ਕਹਿੰਦੇ ਹੁੰਦੇ ਕਿ ਧੇਲੇ ਦਾ ਮੁੰਡਾ ਟਕਾ ਸਿਰ ਮਨਾਈ ਉਹ ਹੋ ਗਿਆ ਕੰਮ ਤੇ ਉਹ ਹੋ ਗਿਆ ਹੁਣ ਉਸ ਕੰਮ ਨੂੰ ਢੱਕਣ ਲਈ ਇਹਨਾਂ ਨੇ ਕੈਸ਼ਲੈਸ ਇਕੋਨਮੀ ਵਾਲਾ ਡਿਜੀਟਲ ਮਨੀ ਵਾਲਾ ਜਿਹੜਾ ਉਹ ਸ਼ਬਦ ਘੜ ਲਿਆ ਉਹਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਲੋਕਾਂ ਦਾ ਧਿਆਨ ਹੈ ਜਿਹੜਾ ਦੂਜੇ ਪਾਸੇ ਲਾਇਆ ਜਾ ਰਿਹਾ ਪਰ ਕੈਸ਼ਲੈਸ ਇਕੋਨਮੀ ਹੈ ਜਿਹੜੀ ਉਹਨੂੰ ਹਾਸਲ ਕਿਵੇਂ ਕਰਨਾ ਉਹਦੇ ਬਾਰੇ ਹਾਲੇ ਸੋਚਿਆ ਨਹੀਂ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰਬੰਧ ਹੈ ਜਿਹੜਾ ਉਹ ਨਿਪਰੇ ਚੜਿਆ ਜਾਏਗਾ ਕਿਉਂਕਿ ਹਾਲ ਦੀ ਘੜੀ ਸਾਡੇ ਇੱਥੇ ਬੈਂਕਾਂ ਦਾ ਹਾਲ ਜਿਹੜਾ ਇਹ ਹੈ ਕਿ ਕੋਈ ਸ਼ਿਕਾਇਤ ਕਰਨ ਚਲਾ ਜਾਵੇ ਕਿ ਮੇਰੇ ATM ਨੂੰ ਜੀ ਆਹ ਸਮੱਸਿਆ ਤੇ ਉਹਨੂੰ ਕਹਿ ਦਿੰਦੇ ਆ 3 ਦਿਨਾਂ ਨੂੰ ਆਈ 4 ਦਿਨਾਂ ਨੂੰ ਆਈ ਜੇ ਕੋਈ ਇਸ ਤਰ੍ਹਾਂ ਦੀ ਕੋਈ ਘਾਟ ਵਾਧ ਹੋ ਜਾਂਦੀ ਹੈ ਉੱਥੇ ਚਲਾ ਜਾ ਉੱਥੇ ਚਲਾ ਜਾ ਕਿਸੇ ਦੀ ਸ਼ਿਕਾਇਤ ਦਾ ਕੋਈ ਹੱਲ ਨਹੀਂ ਇੱਥੋਂ ਤੱਕ ਕਿ ਸਾਡੇ ਭਾਰਤ ਦੇ ਵਿੱਚ ਜੋ ਸਾਈਬਰ ਮਾਮਲੇ ਨਜਿੱਠਦੀ ਹੈ ਇੱਕੋ ਇੱਕ ਅਦਾਲਤ ਹੈ ਦਿੱਲੀ ਦੇ ਵਿੱਚ 4 ਸਾਲ ਹੋ ਗਏ ਆ ਉੱਥੇ ਕੋਈ ਜੱਜ ਹੀ ਨਹੀਂ ਬੈਠਾ ਉਹ ਜੱਜ ਵੀ ਹੋਣੀ ਹੈ ਅਦਾਲਤ ਜਿੱਥੇ ਇਹ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਵੱਡੇ ਫਰੋਡ ਜਾਂ ਜਿਸ ਤਰ੍ਹਾਂ ਦੇ ਬੈਂਕਾਂ ਦੇ ਨਾਲ ਕੋਈ ਝਗੜੇ ਹੁੰਦੇ ਆ ਸਾਈਬਰ ਮਾਮਲੇ ਜਿਹੜੇ ਉੱਥੇ ਜਿੱਥੇ ਨਜਿੱਠੇ ਜਾਂਦੇ ਆ ਉੱਥੇ ਜੱਜ ਹੈ ਨਹੀਂ ਕੋਈ ਇੱਥੋਂ ਤੱਕ ਅੰਕੜਾ ਨਿਕਲ ਕੇ ਆਉਂਦਾ ਪਿਆ ਸਾਹਮਣੇ ਕਿ 6 ਕਰੋੜ ਇਹੋ ਜਿਹਾ ਬੰਦਾ ਹੈ ਸਾਡੇ ਮੁਲਕ ਦੇ ਵਿੱਚ ਜਿਹਦੇ ਕੋਲ ਬੈਂਕ ਖਾਤਾ ਖੁਲਾਉਣ ਲਈ ਦਸਤਾਵੇਜ਼ ਲੋੜੀਂਦਾ ਹੀ ਨਹੀਂ ਹੈਗਾ ਉਹਦੇ ਕੋਲ ਦਸਤਾਵੇਜ਼ ਹੀ ਮੌਜੂਦ ਨਹੀਂ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਕੌਣ ਹੈ ਉਹਦੀ ਕੀ ਸ਼ਨਾਖਤ ਹੈ 6 ਕਰੋੜ ਬੰਦਾ ਜਿਹੜਾ ਉਹ ਚੱਕਰਵਰਤੀ ਕਹਿ ਲਓ ਖਾਨਾ ਬਦੋਸ਼ ਕਹਿ ਲਓ ਉਹਨਾਂ ਨੂੰ ਕਿੱਥੇ ਛੱਡ ਦੇਣਗੇ ਕਿਹੜੇ ਪਾਸੇ ਲੈ ਜਾਣਗੇ ਫਿਰ ਰਾਤੋ ਰਾਤ ਹੁਣ ਜਿਹੜੀ ਇੰਟਰਨੈਟ ਦੀ ਸਪੀਡ ਦੀ ਗੱਲ ਕਰਦੇ ਆ ਕਿ 169 ਨੰਬਰ ਦੀ ਇੰਟਰਨੈਟ ਸਪੀਡ ਹੈ ਪੂਰੇ ਸੰਸਾਰ ਦੇ ਵਿੱਚ ਉਸਨੂੰ
ਕਿਵੇਂ ਉਸ ਪਾਏਦਾਨ ਤੇ ਲੈ ਜਾਣ ਕੇ ਜਿਸ ਪਾਏਦਾਨ ਤੇ ਜਾ ਕੇ ਇਹ ਸਮੁੱਚਾ ਬੈਂਕਿੰਗ ਢਾਂਚਾ ਜਿਹੜਾ ਕੰਮ ਕਰੇਗਾ ਫਟਾਫਟ ਕਰੇਗਾ। ਤੀਜੀ ਸਭ ਤੋਂ ਵੱਡੀ ਚਿੰਤਾ ਜਿਹੜੀ ਕੈਸ਼ਲੈਸ ਇਕਨੋਮੀ ਦੀ ਹੁਣ ਇਹ ਹੈ ਸਾਹਮਣੇ ਕਿ ਸਿਕਿਉਰਿਟੀ, ਲੋਕ ਡਰਾ ਰਹੇ ਕਿਉਂਕਿ ਟੈਲੀਵਿਜ਼ਨ ਡਿਬੇਟ ਵੀ ਜਿਹੜੇ ਹੁਣ ਇਸ ਮੁੱਦੇ ਤੇ ਆ ਗਏ ਆ, ਕਾਲਾ ਧਨ ਹੈ ਜਿਹੜਾ ਉਹਨਾਂ ਨੇ ਛੱਡ ਦਿੱਤਾ ਉਹ ਕੈਸ਼ਲੈਸ ਇਕਨੋਮੀ ਤੇ ਜਦੋਂ ਦੱਸਦੇ ਆ ਕਿ ਸਿਕਿਉਰਿਟੀ ਜਿਹੜੀ ਬਹੁਤ ਕਮਜ਼ੋਰ ਆ, ਲੋਕੀ ਤਰਹਿਕਦੇ ਆ ਕਿ ਭਾਈ ਕੱਲ ਨੂੰ ਕੀ ਬਣੇਗਾ। ਹੁਣ ਸਿਕਿਉਰਿਟੀ ਦੇ ਮਾਮਲੇ ਚ ਤੁਹਾਨੂੰ ਪਤਾ ਹੋਣਾ ਕਿ USA ਦੀ ਸਿਕਿਉਰਿਟੀ ਦੇ ਵਿੱਚ ਸੇਧ ਲਾ ਗਿਆ ਸੀ ਸਨੇਡਨ ਸੀਗਾ ਜਿਹੜਾ, ਉਸ ਤੋਂ ਬਾਅਦ ਕੇਂਦਰੀ ਜਿਹੜਾ ਬੈਂਕ ਆ ਬੰਗਲਾਦੇਸ਼ ਦਾ ਉਹਦੀ ਵੈਬਸਾਈਟ ਹੈਂਕ ਹੋ ਗਈ, ਉਹਦਾ ਸਿਸਟਮ ਹੈਂਕ ਹੋ ਗਿਆ। ਸਾਡੇ ਇੱਥੇ ਸਟੇਟ ਬੈਂਕ ਆਫ ਇੰਡੀਆ ਦਾ ਬਹੁਤ ਵੱਡਾ ਡਾਟਾ, ਮੇਰੇ ਖਿਆਲ ਦੇ ਨਾਲ 60 ਲੱਖ ATM ਦਾ ਡਾਟਾ ਸੀਗਾ ਜਿਹੜਾ ਉਹ ਕੁਛ ਸਮਾਂ ਪਹਿਲਾਂ ਚੋਰੀ ਹੋ ਗਿਆ। ਇੱਥੋਂ ਤੱਕ ਕਿ ਬਰਖਾ ਦੱਤ, ਰਵੀਸ਼ ਕੁਮਾਰ ਵਰਗੇ ਪੱਤਰਕਾਰਾਂ ਦੇ ਅਤੇ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ। ਇਹ ਸਾਰੀਆਂ ਚੀਜ਼ਾਂ ਹੁਣ ਇਸ ਪਾਸਿਓਂ ਡਰਾਈ ਜਾਂਦੀਆਂ। ਇੱਕ ਪਾਸੇ ਇਹ ਡਰ ਆ ਕਿ 50 ਦਿਨਾਂ ਤੋਂ ਬਾਅਦ ਕਿਤੇ ਨਰਿੰਦਰ ਮੋਦੀ ਫਿਰ ਅੱਖਾਂ ਭਰ ਕੇ ਨਾ ਆਖ ਦੇਵੇ ਕਿ 50 ਕੁ ਦਿਨ ਹੋਰ ਦੇ ਦਿਓ, ਇਸ ਗੱਲ ਤੋਂ ਡਰੀ ਜਾਂਦੇ ਆ। ਤੇ ਇੱਕ ਇਸ ਗੱਲ ਤੋਂ ਡਰੀ ਜਾਂਦੇ ਆ ਕਿ ਜਿਹੜੀ ਕੋਈ ਛੱਲੀ ਪੂਣੀ ਰਹਿ ਗਈ, ਵੈਸੇ ਤੇ ਸਾਰੀ ਹੁੰਝ ਕੇ ਲੈ ਗਏ ਆ, ਜਿਹੜੀ ਬੈਂਕ ਦੇ ਵਿੱਚ ਪਈ ਆ ਕਿਤੇ ਉਹ ਠੱਗੀ ਠੋਰੀ ਨਾ ਵੱਜ ਜਾਵੇ। ਇਸ ਕਰਕੇ ਹਾਲ ਦੀ ਘੜੀ ਰਾਸ਼ਟਰ ਭਗਤੀ ਆ ਜਿਹੜੀ ਲਾਈਨਾਂ 'ਚ ਲੱਗੀ ਹੋਈ ਆ, ਉਹ ਲੱਤਾਂ ਉਹਦੀਆਂ ਕੰਬਦੀਆਂ ਪਈਆਂ, ਦਿਲ ਉਹਦਾ ਤੜਕ ਤੜਕ ਵੱਜਦਾ ਪਿਆ। ਜੀ ਬਿਲਕੁਲ, ਜਿਹੜੇ ਤੁਸੀਂ ਖਦਸ਼ੇ ਪ੍ਰਗਟਾਏ ਆ ਉਹ ਬਿਲਕੁਲ ਮੇਰੇ ਖਿਆਲ ਦੇ ਵਿੱਚ ਲੋਕੀ ਉਹਨਾਂ ਤੋਂ ਡਰਦੇ ਤਾਂ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੂ ਦੀ, ਭ੍ਰਿਸ਼ਟਾਚਾਰੀ ਦੇ ਦੋਸ਼ ਦੇ ਵਿੱਚ ਉਹ ਘਿਰਿਆ ਤੇ ਮੰਤਰੀ ਨੇ ਦੋਸ਼ ਨਕਾਰੇ। ਰਿਜੀਜੂ ਅੱਜ ਅਚਾਨਕ ਸੁਰਖੀਆਂ ਦੇ ਵਿੱਚ ਆ ਗਿਆ, ਉਹਦੇ ਤੇ ਦੋਸ਼ ਲੱਗ ਗਿਆ ਕਿ ਅਰੁਣਾਚਲ ਪ੍ਰਦੇਸ਼ ਤੋਂ ਆਉਂਦਾ, ਕਿਉਂਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਜਿਹੜਾ ਕਿਰੇਨ ਰਿਜੀਜੂ, ਇਹਦਾ ਗ੍ਰਹਿ ਸਟੇਟ ਆ ਜਿਹੜਾ ਉਹ ਅਰੁਣਾਚਲ ਪ੍ਰਦੇਸ਼ ਆ। ਉੱਥੇ ਇੱਕ ਕੰਮ ਚੱਲਦਾ ਪਿਆ 600 ਮੈਗਾਵਾਟ ਦਾ ਕਾਮਿੰਗ ਹਾਈਡਰੋ ਇਲੈਕਟ੍ਰੋਨਿਕ ਪ੍ਰੋਜੈਕਟ ਆ, ਉੱਥੇ 2 ਡੈਮਾਂ ਦਾ ਨਿਰਮਾਣ ਹੋ ਰਿਹਾ। ਉਹ ਜਿਹੜਾ ਪ੍ਰੋਜੈਕਟ ਚੱਲਦਾ ਪਿਆ ਉਹਦੇ ਵਿੱਚੋਂ ਇੱਕ ਜਾਂਚ ਰਿਪੋਰਟ ਨਿਕਲੀ, ਜਾਂਚ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਕਿ ਉੱਥੇ ਬਹੁਤ ਵੱਡੀ ਹੈ ਜਿਹੜੀ ਧਾਂਦਲੀ ਹੋਈ ਆ ਉਸ ਨਿਰਮਾਣ ਦੇ ਵਿੱਚ। ਕਿਰੇਨ ਰਿਜੀਜੂ ਤੇ ਇਹ ਦੋਸ਼ ਲੱਗਦਾ ਪਿਆ ਕਿ ਇਹਦਾ ਇੱਕ ਚਚੇਰਾ ਭਰਾ ਸੀਗਾ ਜਿਹੜਾ ਉਹ ਠੇਕੇਦਾਰ ਸੀਗਾ, ਤੇ ਇਸ ਕਰਕੇ ਇਹਨਾਂ ਨੇ ਰਲ ਮਿਲ ਕੇ ਇਹ ਗੜਬੜੀ ਕੀਤੀ ਹੈ। ਕਿਰੇਨ ਰਿਜੀਜੂ ਨੇ ਨਾਲ ਦੀ ਨਾਲ ਇਸ ਗੱਲ ਦਾ ਖੰਡਨ ਕੀਤਾ, ਕਾਂਗਰਸ ਨੇ ਉਹਦਾ ਅਸਤੀਫਾ ਮੰਗ ਲਿਆ, ਇੱਕ ਆਡੀਓ ਵੀ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੜਬੜੀ ਦੀ ਕੋਈ ਸੌਦੇਬਾਜ਼ੀ ਦੀ ਗੱਲ ਹੋਈ ਆ। ਕਿਰੇਨ ਰਿਜੀਜੂ ਨੇ ਇਹਨਾਂ ਚੀਜ਼ਾਂ ਨੂੰ ਕਿਹਾ, ਉਹਨੇ ਕਿਹਾ ਕਿ ਮੈਂ ਬਿਲਕੁਲ ਵੀ ਉਸ ਪ੍ਰੋਜੈਕਟ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਜੁੜਿਆ ਨਹੀਂ ਆ। ਇੱਥੋਂ ਤੱਕ ਉਹਨੇ ਆਖਿਆ ਕਿ ਜਿਹੜੇ ਮੇਰੇ ਚਚੇਰੇ ਭਰਾ ਨੂੰ ਦੱਸਿਆ ਜਾ ਰਿਹਾ ਕਿ ਮੈਂ ਉਹਦਾ ਚਚੇਰਾ ਭਰਾ ਕਜ਼ਨ ਆ, ਉਹ ਮੇਰੀ ਕਾਸਟ ਦੇ ਵਿੱਚੋਂ ਆ, ਮੇਰੇ ਸ਼ਰੀਕੇ ਕਬੀਲੇ ਚੋਂ ਆ, ਸਾਡੀ ਇੱਕੋ ਕਾਸਟ ਆ, ਸਾਡੀ ਇੱਕੋ ਬਰਾਦਰੀ ਹੈ, ਨਾ ਕਿ ਉਹ ਮੇਰਾ ਕੋਈ ਭਰਾ ਵਾ ਜਾਂ ਕਜ਼ਨ ਵਾ। ਇਸ ਕਰਕੇ ਕਿਰੇਨ ਰਿਜੀਜੂ ਦਾ ਜਿਹੜਾ ਇਹ ਬਿਆਨ ਆਇਆ ਇਹ ਥੋੜਾ ਜਿਹਾ ਘੱਟ ਗਿਆ, ਇਹਦਾ ਕੋਈ ਮਿਆਰ ਇੰਨਾ ਉੱਚਾ ਨਹੀਂ ਰਿਹਾ, ਕਿਉਂਕਿ ਹਰੇਕ ਵਾਰੀ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੇ ਦੋਸ਼ਾਂ 'ਚ ਘਿਰਦਾ ਉਹ ਇਹੋ ਹੀ ਗੱਲ ਕਹਿ ਦਿੰਦਾ ਕਿ ਮੁੱਢਲੇ ਤੌਰ ਦੇ ਵਿੱਚ ਕਿ ਜੀ ਨਹੀਂ ਮੈਂ ਇਸ ਚੀਜ਼ ਦੇ ਵਿੱਚ ਸ਼ਾਮਿਲ ਨਹੀਂ। ਪਰ ਜਿਸ ਤਰੀਕੇ ਨਾਲ ਕਾਂਗਰਸ ਇਸ ਮੁੱਦੇ ਨੂੰ ਹਾਈਲਾਈਟ ਕਰਦੀ ਪਈ ਹੈ, ਉਹ ਤੋਂ ਜਾਪਦਾ ਹੈ ਕਿ ਕਿਰੇਨ ਰਿਜੀਜੂ ਦਾ ਇਹ ਜਿਹੜਾ ਖੰਡਨ ਹੈ ਉਹ ਏਡੀ ਛੇਤੀ ਇਹਦਾ ਪਿੱਛਾ ਨਹੀਂ ਛੱਡੇਗਾ। ਪਰ ਜਿਹੜਾ ਖੰਡਨ ਵੀ ਕੀਤਾ ਕਿਰੇਨ ਰਿਜੀਜੂ ਨੇ ਉਹ ਵੀ ਬੜੇ ਹੋਰ ਤਰੀਕੇ ਦਾ ਸੀ। ਪਹਿਲਾਂ ਤਾਂ ਖੰਡਨ ਕਰਦਾ ਰਿਹਾ ਕਿ ਨਹੀਂ ਜੀ ਮੇਰਾ ਕੋਈ ਵੀ ਉਹਦੇ ਚ ਲੱਲਾ ਖੱਕਾ ਨਹੀਂ। ਬਾਅਦ ਚ ਉਹਨੇ ਇਹ ਗੱਲ ਆਖੀ, ਉਹਨੇ ਆਖਿਆ ਜਿਹੜੇ ਲੋਕ ਇਲਜ਼ਾਮ ਲਾਉਂਦੇ ਆ ਆਉਣ ਅਰੁਣਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਜੁੱਤੀਆਂ ਮਾਰਾਂਗੇ। ਉਹਨੇ ਖੰਡਨ ਕਰਦਿਆਂ ਕਰਦਿਆਂ ਵੀ ਇੱਕ ਤਰ੍ਹਾਂ ਦੀ ਧਮਕੀ ਦੇ ਦਿੱਤੀ ਕਿ ਜਿਹੜੇ ਲੋਕ ਮੇਰੇ ਤੇ ਦੋਸ਼ ਲਾਉਂਦੇ ਆ ਉਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੜ ਕੇ ਵੇਖਣ, ਅਸੀਂ ਉਹਨਾਂ ਦਾ ਛਿੱਤਰ ਮਾਰ ਮਾਰ ਕੇ ਸਵਾਗਤ ਕਰਾਂਗੇ। ਇਹੋ ਜਿਹੀਆਂ ਗੱਲਾਂ ਰਿਜੀਜੂ ਕਰ ਗਿਆ। ਪਰ ਇਹ ਜਿਹੜੀ ਗੱਲ ਕਹੀ ਜਾਂਦੀ ਸੀਗੀ ਭਾਜਪਾ ਵਾਲੇ ਕਹਿੰਦੇ ਹੁੰਦੇ ਸਨ ਕਿ ਸਾਡੀ ਸਰਕਾਰ ਤੇ ਕੋਈ ਦਾਗ ਨਹੀਂ, ਕੋਈ ਦਾਗ ਨਹੀਂ, ਦਾਗ ਤੇ ਲੱਗ ਗਿਆ, ਹੁਣ ਦਾਗ ਦੇ ਵਿੱਚ ਸੱਚ ਕੀ ਹੈ? ਇਹ ਤੇ ਜਿਹੜੇ ਛਿੱਲੇ ਆ ਜਦੋਂ ਲਾਏ ਜਾਣਗੇ ਉਦੋਂ ਹੀ ਪਤਾ ਲੱਗੇਗਾ, ਜਿੰਨੀਆਂ ਛਿੱਲਾਂ ਲੈਣਗੀਆਂ ਥੱਲੋਂ ਕੀ ਨਿਕਲਦਾ, ਗੰਢਾ ਨਿਕਲਦਾ, ਗੰਢੇਲ ਨਿਕਲਦਾ। ਪਰ ਹਾਲ ਦੀ ਘੜੀ ਭਾਜਪਾ ਜਿਹੜੀ ਕਹਿੰਦੀ ਸੀ ਕਿ ਅਸੀਂ ਬੇਦਾਗ ਸ਼ਾਸਨ ਕੀਤਾ, ਉਹਦੇ ਵਿੱਚ ਇੱਕ ਜਿਹੜਾ ਹੋਰ ਦਾਗ ਲੱਗ ਗਿਆ। ਇੱਕ ਹੋਰ ਦਾਗ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਹੀ ਹੈ ਵਸੁੰਧਰਾ ਰਾਜੇ ਸੁਸ਼ਮਾ ਸਵਰਾਜ ਦਾ ਰੌਲਾ ਪਿਆ, ਉਹਦਾ ਬਹੁਤ ਵੱਡੇ ਪੱਧਰ ਤੇ ਕਹਿ ਲਈਏ ਕਿ ਕੌਮੀ ਮੁੱਦਾ ਜਿਹੜਾ ਬਣ ਗਿਆ ਸੀਗਾ, ਉਹਦੇ ਵਿੱਚੋਂ ਵੀ ਕੁਛ ਗੱਲਾਂ ਜਿਹੜੀਆਂ ਉਹ ਸਾਫ ਨਹੀਂ ਹੋਈਆਂ ਕਿ ਦੁਸ਼ਯੰਤ ਜਿਹੜਾ ਕਿ ਵਸੁੰਧਰਾ ਦਾ ਮੁੰਡਾ ਸੀ ਉਹਦੇ ਖਾਤੇ 'ਚ 10 ਕਰੋੜ ਰੁਪਈਆ ਜਿਹੜਾ ਕਿੰਨੇ ਪਾਇਆ ਸੀ, ਕਿਉਂ ਪਾਇਆ ਸੀ, ਜਿਹਦੇ ਬਾਰੇ ਕਿਹਾ ਜਾਂਦਾ ਕਿ ਲਲਿਤ ਮੋਦੀ ਦੀ ਸਾਰੀ ਉਖੇੜ ਸੀਗੀ। ਸੋ ਉਹ ਗੱਲਾਂ ਦੱਬ ਗਈਆਂ, ਉਹ ਮੁੱਦੇ ਜਿਹੜੇ ਵਿਰੋਧੀ ਧਿਰ ਦੇ ਸਿਆਸੀ ਮੁੱਦੇ ਹੁੰਦੇ ਜਿਸ ਤਰ੍ਹਾਂ ਦੇ ਉਹ ਉਸੇ ਭੇਟੀ ਚੜ ਗਏ। ਪਰ ਪੰਕਜਾ ਮੁੰਡੇ ਦਾ ਇੱਕ ਵਿਵਾਦ ਇਸੇ ਤਰ੍ਹਾਂ ਦਾ ਸਾਹਮਣੇ ਆਇਆ ਮਹਾਰਾਸ਼ਟਰ ਚੋਂ,
ਉਹਦਾ ਵੀ ਕੋਈ ਤੰਗ ਪਤਨ ਨਹੀਂ ਲੱਗਿਆ। ਮੁੱਦਾ ਸ਼ਿਵਰਾਜ ਚੌਹਾਨ ਦੀ ਸਰਕਾਰ ਦੇ ਵਿੱਚ ਮੱਧ ਪ੍ਰਦੇਸ਼ ਦੇ ਅੰਦਰ ਜੋ ਵਿਆਪਕ ਘੁਟਾਲਾ ਹੋਇਆ, ਉਹ ਵੀ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਕਾਲ ਦੇ ਵਿੱਚ ਹੋਇਆ ਉੱਥੇ ਸਟੇਟ ਦੇ ਵਿੱਚ, ਉਹਦਾ ਵੀ ਹਾਲੇ ਤੱਕ ਕੋਈ ਸਿਰਾ ਨਹੀਂ ਲੱਗਾ। ਸੋ ਜੋ ਇਹ ਕਹਿੰਦੇ ਸਨ ਕਿ ਸਾਡੀ ਚਾਦਰ ਵਿਦਾ ਗਿਆ ਉਦੋਂ, ਕਿਉਂਕਿ ਚਾਦਰ ਜਿਹੜੀ ਆ ਉਹ ਵਿਛਾਈ ਨੂੰ ਥੋੜਾ ਸਮਾਂ ਹੋਇਆ ਸੀ, ਹੁਣ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਉਵੇਂ ਉਵੇਂ ਚਾਦਰ ਤੇ ਕਣੀਆਂ ਦਾਗਾਂ ਦੀਆਂ ਵੱਧਦੀਆਂ ਜਾਂਦੀਆਂ। ਆਉਣ ਵਾਲੇ ਸਮੇਂ ਚ ਇਹਨਾਂ ਦਾਗਾਂ ਨੂੰ ਧੋਣਾ ਜਿਹੜਾ ਔਖਾ ਹੋਏਗਾ। ਹਾਲ ਦੀ ਘੜੀ ਇਹ ਮੁੱਦਾ ਕਿਰਨ ਰਿਜਿਜੂ ਵਾਲਾ ਜਿਹੜਾ ਉਹ ਕਾਂਗਰਸ ਬੜੇ ਵੱਡੇ ਪੈਮਾਨੇ ਤੇ ਉਠਾ ਰਹੀ ਹੈ। ਅੱਜ ਉਹਨਾਂ ਨੇ ਅਸਤੀਫਾ ਵੀ ਮੰਗਿਆ, ਹੋ ਸਕਦਾ ਕੱਲ ਨੂੰ ਕੋਈ ਹੋਰ ਪ੍ਰੋਟੈਸਟ ਵਗੈਰਾ ਵੀ ਕਰਨ। ਅੱਜ ਅੱਗੇ ਆਪਾਂ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ। ਉਹਨੇ ਇੱਕ ਬੜੀ ਵਧੀਆ ਗੱਲ ਕੀਤੀ ਕਿ ਉਹਨੇ ਦੋ ਥਾਵਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਤੇ ਰੋਕ ਲਾਉਣ ਦੀ ਸਿਫਾਰਿਸ਼ ਕੀਤੀ। ਚੋਣ ਕਮਿਸ਼ਨ ਨੇ ਇਹ ਸਿਫਾਰਿਸ਼ ਭੇਜੀ ਹੈ ਕੇਂਦਰੀ ਕਾਨੂੰਨ ਮੰਤਰਾਲੇ ਦੇ ਕੋਲ, ਜਿਹਦੇ ਚ ਉਹਨਾਂ ਨੇ ਇਸ ਚੀਜ਼ ਨੂੰ ਰੋਕਣ ਲਈ ਕਿਹਾ ਕਿ ਜਿਹੜੇ ਦੋ ਜਿਹੜੇ ਇੱਕ ਉਮੀਦਵਾਰ ਦੋ ਥਾਵਾਂ ਤੋਂ ਚੋਣ ਲੜਦੇ ਤੇ ਮੁੜ ਕੇ ਜਿੱਤ ਕੇ ਅਸਤੀਫਾ ਦੇ ਦਿੰਦੇ ਆ, ਇਹ ਚੱਲਣ ਬੰਦ ਹੋਣਾ ਚਾਹੀਦਾ। ਨਾਲ ਹੀ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਹੈ ਕਿ ਦੇਖੋ ਜਿਹੜੇ ਲੋਕ ਦੇਣਦਾਰੀ ਹੈ, ਜਨਤਾ ਦੇ ਪੈਸੇ ਦੇ ਦੇਣਦਾਰ ਹੈ, ਜਨਤਕ ਪੈਸੇ ਦੇ ਦੇਣਦਾਰ ਆ, ਉਹਨਾਂ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ। ਦੋਵੇਂ ਗੱਲਾਂ ਵਧੀਆ ਨੇ, ਕਿਉਂਕਿ ਦੇਖੋ ਜਦੋਂ ਕੋਈ ਦੋ ਥਾਵਾਂ ਤੋਂ ਚੋਣ ਲੜਦਾ ਹੈ ਉਹਦੇ ਚ ਹਿੱਤ ਤੇ ਉਹਦਾ ਆਪਦਾ ਹੁੰਦਾ, ਪਰ ਜਦੋਂ ਉਹ ਇੱਕ ਥਾਂ ਅਸਤੀਫਾ ਦੇ ਜਾਂਦਾ ਉਹਦੇ ਨਾਲ ਨਾ ਸਿਰਫ ਜਨਤਾ ਤੇ ਬੋਝ ਪੈਂਦਾ, ਦੁਬਾਰਾ ਇਲੈਕਸ਼ਨ ਹੁੰਦਾ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਥੋਪ ਦਿੱਤਾ ਜਾਂਦਾ, ਠੋਸ ਦਿੱਤਾ ਜਾਂਦਾ ਜਨਤਾ ਤੇ। ਸੋ ਇੱਕ ਤੇ ਉਹ ਬੋਝ ਪੈਂਦਾ, ਦੂਜਾ ਇਹ ਹੈ ਕਿ ਜਿਹੜਾ ਵੋਟਰ ਇੱਕ ਨੁਮਾਇੰਦੇ ਨੂੰ ਵੋਟ ਕਰਦਾ ਚੁਣਦਾ ਹੈ ਉਹਨੂੰ, ਉਹਦੇ ਨਾਲ ਵੀ ਤੇ ਬੇਵਫਾਈ ਹੈ ਕਿ ਉਹ ਵੋਟ ਪਾਉਂਦਾ ਕਿ ਇਹ ਬੰਦਾ ਸਾਡੇ ਇੱਥੋਂ ਨੁਮਾਇੰਦਾ ਬਣ ਕੇ ਅਸੈਂਬਲੀ ਦੇ ਵਿੱਚ ਜਾਏਗਾ, ਸਾਨੂੰ ਆ ਆ ਚੀਜ਼ਾਂ ਲੈ ਕੇ ਦੇਵੇਗਾ, ਤੇ ਉਹਦੀ ਆਸ ਦਾ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਾਸ ਆ। ਦੂਜੀ ਗੱਲ ਕਿ ਜੋ ਇਹ ਖਰਚੇ ਹੁੰਦੇ ਆ ਉਹ ਸਰਕਾਰ ਤੇ ਪੈਂਦੇ ਆ, ਨਾ ਕਿ ਉਸ ਉਮੀਦਵਾਰ ਤੇ ਪੈਂਦੇ ਜਿੱਤੇ ਤੇ। ਇਹ ਚੋਣ ਕਮਿਸ਼ਨ ਨੇ ਹੁਣ ਇਹੋ ਗੱਲ ਆਖੀ ਆ ਕਿ ਜਿਹੜੇ ਖਰਚੇ ਹੋਣਗੇ, ਜੇ ਮੰਨ ਲਓ ਕਿ ਦੋ ਬੰਦਾ ਖੜਦਾ ਵੀ, ਜੇ ਤੁਸੀਂ ਇਹ ਨਿਯਮ ਬਰਕਰਾਰ ਰੱਖਣਾ, ਜੇ ਉਹ ਬੰਦਾ ਚੋਣ ਜਿੱਤ ਕੇ ਇੱਕ ਥਾਂ ਤੋਂ ਅਸਤੀਫਾ ਦਿੰਦਾ ਤੇ ਫਿਰ ਉਹਦੇ ਸਿਰ ਪਾਓ, ਜਿਵੇਂ ਕੋਈ ਵਿਧਾਨ ਸਭਾ ਹੈ ਤੇ ਉਹਦਾ 8 ਲੱਖ ਪਾ ਦਿਓ, ਜੇ ਲੋਕ ਸਭਾ ਦਾ ਇਲੈਕਸ਼ਨ ਹੈ ਤੇ ਫਿਰ ਤੁਸੀਂ 15 ਲੱਖ ਪਾ ਦਿਓ। ਉਹ ਇਸ ਹਿਸਾਬ ਦੇ ਨਾਲ ਖਰਚੇ ਨੂੰ ਵਧਾਇਆ ਘਟਾਇਆ ਵੀ ਜਾ ਸਕਦਾ, ਇੱਕ ਚੰਗੀ ਗੱਲ ਆ। ਔਰ ਬਾਅਦ ਦਲੀਲ ਉਹਨਾਂ ਨੇ ਇਸ ਸਿਫਾਰਿਸ਼ ਨੂੰ ਭੇਜ, ਹੁਣ ਮੰਨਣਾ ਜਾਂ ਨਾ ਮੰਨਣਾ ਇਹਨਾਂ ਦੇ ਵੱਸ ਆ। ਦੂਜੀ ਗੱਲ ਜਿਹੜੀ ਦੇਣਦਾਰੀਆਂ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਵੀ ਮੇਰੇ ਖਿਆਲ ਦੇ ਨਾਲ ਸਹੀ ਹੈ। ਸਾਡੇ ਇੱਥੇ ਪੰਜਾਬ ਦੇ ਵਿੱਚ ਕਈ ਵਿਧਾਇਕ ਇਹੋ ਜਿਹੇ ਸੰਸਾਰ ਤੋਂ ਤੁਰ ਗਏ ਆ ਜਿਹਨਾਂ ਨੇ ਲੱਖਾਂ ਕਰੋੜਾਂ ਦਾ ਕਰਜ਼ਾ ਲਿਆ ਸੀ, ਉਹਨਾਂ ਨੇ ਜਿਉਂਦੇ ਚ ਮੋੜਿਆ ਹੀ ਨਹੀਂ। ਹੁਣ ਉਹਨਾਂ ਦੇ ਉੱਤੇ ਤੁਰ ਗਿਆ ਤੋਂ ਬਾਅਦ ਥੱਲੜਿਆਂ ਨੇ ਮੋੜਨਾ ਹੀ ਕੀ ਸੀ, ਜਦੋਂ ਉਹ ਹੀ ਨੇ ਮੋੜ ਕੇ ਗਏ। ਹਾਲ ਦੀ ਘੜੀ ਵੀ ਇਹੋ ਜਿਹੇ ਵਿਧਾਇਕ ਨੇ ਪੰਜਾਬ ਦੇ ਵਿੱਚ ਜਾਂ ਸਾਬਕਾ ਵਿਧਾਇਕ ਨੇ ਜਿਹਨਾਂ ਨੇ ਲੱਖਾਂ ਕਰੋੜਾਂ ਦਾ ਕਰਜ਼ਾ ਜਿਹੜਾ ਲਿਆ ਹੋਇਆ, ਦੇਣਦਾਰ ਨੇ ਪਰ ਨਹੀਂ ਦਿੰਦੇ, ਨਾ ਹੀ ਉਹਨਾਂ ਨੂੰ ਕੋਈ ਸਮਨਿੰਗ ਹੁੰਦੀ ਹੈ, ਨਾ ਹੀ ਉਹਨਾਂ ਨੂੰ ਕੋਈ ਸਖਤੀ ਨਾਲ ਪੁੱਛਿਆ ਜਾਂਦਾ। ਬਹੁਤ ਸਾਰੇ ਵਿਧਾਇਕ ਹੈ ਜਿਹੜੇ ਦੋ ਦੋ ਤਿੰਨ ਤਿੰਨ ਵਾਰੀ ਵੀ ਬੈਠ ਬਣੇ ਆ, ਪਰ ਉਹਨਾਂ ਦਾ ਜਿਹੜਾ ਕਰਜ਼ਾ ਹੈ ਉਹ ਉਹਨਾਂ ਦੇ ਸਿਰ ਤੇ ਖੜਾ ਨਹੀਂ ਮੋੜਦੇ। ਇੱਥੋਂ ਤੱਕ ਕਿ ਬਰਨਾਲੇ ਦਾ ਇੱਕ ਉਦਯੋਗਪਤੀ ਹੈ ਜਿਹਨੂੰ ਟਿਕਟ ਵੀ ਮਿਲ ਚੱਲੀ ਸੀਗੀ, ਉਹਦੇ ਸਿਰ ਤੇ ਵੀ ਬਹੁਤ ਵੱਡਾ ਕਰਜ਼ਾ ਬੋਲਦਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਸਿਆਸਤਦਾਨ ਹੈ ਜਿਨ੍ਹਾਂ ਨੇ ਜਨਤਕ ਪੈਸੇ ਦੀ ਦੇਣਦਾਰੀ ਦੇਣੀ ਹੈ। ਹੁਣ ਜੇ ਗੱਲ ਕਰੀਏ ਤੇ ਹਾਈ ਕੋਰਟ ਨੇ 2015 ਦੇ ਵਿੱਚ, ਦਿੱਲੀ ਹਾਈ ਕੋਰਟ ਨੇ ਇਸ ਤਰ੍ਹਾਂ ਦਾ ਹੁਕਮ ਵੀ ਦਿੱਤਾ ਸੀਗਾ ਕਿ ਜਿਹੜੇ ਵੀ ਬੰਦੇ ਨੇ ਦੇਣਦਾਰੀ ਦੇਣੀ ਹੈ, ਮਸਲਨ ਚਾਹੇ ਉਹਨੇ ਟੈਲੀਫੋਨ ਦਾ ਬਿੱਲ ਦੇਣਾ ਹੈ, ਚਾਹੇ ਕਿਸੇ ਹੋਟਲ ਦਾ ਕੋਈ ਬਿੱਲ ਰਹਿੰਦਾ, ਚਾਹੇ ਕੋਈ ਪਾਣੀ ਦਾ, ਬਿਜਲੀ ਦਾ, ਕਿਸੇ ਵੀ ਪ੍ਰਕਾਰ ਦਾ ਏਅਰਲਾਈਨਸ ਦਾ ਬਿੱਲ ਰਹਿੰਦਾ, ਤਾਂ ਉਸ ਬੰਦੇ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਜਾਵੇ। ਪਰ ਇਹਨਾਂ ਨੇ ਰੋਕਣਾ ਕੀ ਸੀ, ਕਿਉਂਕਿ ਸਾਰੇ ਹੀ ਇਹ ਰਲੇ ਕਬੂਤਰ ਆ, ਜਦੋਂ ਵੇਖਦੇ ਆ ਕਿ ਇਹ ਮਾਮਲਾ ਸਾਡੇ ਉਲਟ ਜਾਂਦਾ ਉਸ ਆਦੇਸ਼ ਨੂੰ, ਉਸ ਹੁਕਮ ਨੂੰ ਪਲਟ ਦਿੰਦੇ ਆ। ਪਰ ਇੱਕ ਵਾਰ ਫਿਰ ਚੋਣ ਕਮਿਸ਼ਨ ਨੇ ਆਪਣਾ ਫਰਜ਼ ਨਿਭਾਇਆ, ਹੁਣ ਵਾਰੀ ਇਹਨਾਂ ਦੀ ਹੈ ਕਿ ਇਹਨਾਂ ਸਿਫਾਰਿਸ਼ਾਂ ਨੂੰ ਮੰਨ ਲੈਣ। ਮੇਰੇ ਖਿਆਲ ਦੇ ਨਾਲ ਇਹ ਸਿਫਾਰਿਸ਼ਾਂ ਤੇ ਮੰਨਣਯੋਗ ਹੈ ਨੀ, ਹੈ ਹੀ ਹੈ। ਨਾਲ ਹੀ ਹੁਣ ਉਸ ਪਾਸੇ ਵੀ ਵਧਣਾ ਚਾਹੀਦਾ ਹੈ, ਦੇਸ਼ ਨੂੰ ਉਸ ਤਰਫ ਜਾ ਕੇ ਸੋਚਣਾ ਵੀ ਚਾਹੀਦਾ ਹੈ ਕਿ ਜਿੱਥੇ ਲੋਕ ਸਭਾ ਤੇ ਵਿਧਾਨ ਸਭਾ ਦੇ ਇਲੈਕਸ਼ਨ ਹੈ ਜਿਹੜੇ ਉਹ ਇਕੱਠੇ ਕਰ ਲਏ ਜਾਣ, ਕਿਉਂਕਿ ਕੋਈ ਸਮਾਂ ਸੀ ਜਦੋਂ ਭਾਰਤ ਦੇ ਵਿੱਚ ਆਜ਼ਾਦ ਹੋਏ ਤੋਂ ਬਾਅਦ ਵੀ ਕਈ ਸਾਲ ਤੱਕ, ਮੇਰੇ ਖਿਆਲ ਦੇ ਨਾਲ 15-20 ਸਾਲ ਤੱਕ ਜਿਹੜੇ ਇਹ ਇਲੈਕਸ਼ਨ ਇਕੱਠੇ ਹੁੰਦੇ ਰਹੇ। ਉਸ ਤੋਂ ਬਾਅਦ ਇਹ ਇਲੈਕਸ਼ਨ ਐਸੇ ਨਿਖੜੇ ਕਿ ਮੁੜ ਇਕੱਠੇ ਨਹੀਂ ਹੋਏ, ਪਰ ਹੁਣ ਇਹ ਕਵਾਇਦ ਹੈ ਜਿਹੜੀ ਕਰਨੀ ਚਾਹੀਦੀ ਹੈ। ਮੇਰੇ ਖਿਆਲ ਦੇ ਨਾਲ ਚੋਣ ਕਮਿਸ਼ਨ ਨੇ ਵਧੀਆ ਸਿਫਾਰਿਸ਼ਾਂ ਕੀਤੀਆਂ ਤੇ ਇਹਨਾਂ ਨੂੰ ਬੀਬੇ ਰਾਣੇ ਬਣ ਕੇ ਮੰਨ ਲੈਣਾ ਚਾਹੀਦਾ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਆਮ ਆਦਮੀ ਪਾਰਟੀ ਦੀ, ਉਹਨਾਂ ਨੂੰ ਕਈ ਝਟਕੇ ਲੱਗੇ ਇੱਕੋ ਦਿਨ ਵਿੱਚ। ਆਮ ਆਦਮੀ ਪਾਰਟੀ ਲਈ ਝਟਕਿਆਂ ਦਾ ਦਿਨ ਨਹੀਂ, ਝਟਕਿਆਂ ਦਾ ਮੌਸਮ ਚੱਲਦਾ ਪਿਆ ਜੀ।
ਕੋਈ ਇਧਰੋਂ ਝਟਕਾ ਵੱਜ ਜਾਂਦਾ, ਕੋਈ ਇਧਰ ਝਟਕਾ ਵੱਜ ਜਾਂਦਾ। ਜਿਵੇਂ ਕਹਿੰਦੇ ਹੁੰਦੇ ਨਾ ਕਿ ਜੀ ਸਾਡੇ ਇੱਧਰ ਹੁਣ ਸੜਕ 'ਚ ਖੱਡੇ ਨੀ, ਖੱਡਿਆਂ 'ਚ ਸੜਕ ਆ, ਤੇ ਉਵੇਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਝਟਕੇ ਨੀ ਲੱਗਦੇ, ਹੁਣ ਝਟਕਿਆਂ ਨੂੰ ਆਮ ਆਦਮੀ ਪਾਰਟੀ ਲੱਗਦੀ ਹੈ, ਖਹਿ ਖਹਿ ਕੇ ਜਾਂਦੀ ਹੈ। ਆਮ ਆਦਮੀ ਪਾਰਟੀ ਦੇ ਵਿੱਚੋਂ ਅੱਜ ਇੱਕੋ ਦਿਨ ਤਿੰਨ ਜਿਹੜੇ ਨੇਤਾ ਸੀਗੇ ਉਹ ਰਸਤਾ ਬਦਲ ਗਏ ਆ। ਇੱਕ ਤੇ ਕੈਪਟਨ ਬਲਬੀਰ ਸਿੰਘ ਬਾਠ ਅਕਾਲੀ ਦਲ ਚੋਂ ਆਇਆ ਸੀ, ਉੱਥੇ ਚਲਾ ਗਿਆ, ਜਿਸ ਮਾਲਾ ਦਾ ਮੋਤੀ ਸੀ ਉੱਥੇ ਫਿਰ ਜਾ ਕੇ ਪਰੋਇਆ ਗਿਆ। ਦੂਜੇ ਪਾਸੇ ਯਾਮਨੀ ਗੁੰਮਰ ਜਿਹਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਇਲੈਕਸ਼ਨ ਲੜੀ ਸੀ, ਉਹ ਬੀਬੀ ਵੀ ਚਲੇ ਗਈ ਆ। ਤੀਜੀ ਬੀਬੀ ਫਰੀਦਕੋਟ ਤੋਂ ਆ ਡਾਕਟਰ ਜੀਵਨਜੋਤ ਕੌਰ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਮੋਢੀਆਂ ਦੇ ਵਿੱਚੋਂ ਸੀ ਪੰਜਾਬ ਦੇ ਵਿੱਚ ਜਦੋਂ ਪੈਰ ਲਾਏ ਇਸ ਪਾਰਟੀ ਨੇ, ਉਹ ਵੀ ਵੱਖ ਹੋ ਗਈ ਆ। ਤਿੰਨੇ ਜਾਣੇ ਅੱਜ ਇੱਕੋ ਦਿਨ ਵੱਖ ਵੱਖ ਥਾਵਾਂ ਤੋਂ ਜਿਹੜੇ ਉਹ ਪਾਰਟੀ ਨੂੰ ਟਾਟਾ ਕਰ ਗਏ ਆ। ਬਲਵੀਰ ਸਿੰਘ ਬਾਠ ਨੂੰ ਤੇ ਪਾਰਟੀ ਚ ਮੁੜ ਲਿਜਾਣ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਚੇਚੇ ਪਹੁੰਚੇ ਉੱਥੇ, ਤੇ ਨਾਲ ਆਖਿਆ ਕਿ ਸਾਥੋਂ ਗਲਤੀਆਂ ਹੋ ਗਈਆਂ ਸਨ, ਕੋਈ ਨੀ ਗਾਂਹ ਵਾਲੀ ਜਿਹੜੀ ਆ ਟਿਕਟ ਆ ਹਰਗੋਬਿੰਦਪੁਰਾ ਤੋਂ ਇਹ ਬਾਠ ਸਾਹਿਬ ਦੀ ਜ਼ਿੰਮੇਵਾਰੀ ਆ। ਹੁਣ ਬਾਠ ਸਾਹਿਬ ਨੂੰ ਹੋਰ ਕੀ ਚਾਹੀਦਾ ਸੀ, ਇਹਨਾਂ ਕੀ ਭਾਲੇ ਦੋ ਅੱਖਾਂ, ਉਹਨੂੰ ਟਿਕਟ ਚਾਹੀਦੀ ਸੀ। ਆਮ ਆਦਮੀ ਪਾਰਟੀ ਨੂੰ ਕੋਈ ਰਿਸਪੋਂਸ ਨਹੀਂ ਮਿਲਿਆ, ਆਮ ਆਦਮੀ ਪਾਰਟੀ ਨੇ ਉਹਨੂੰ ਨਾ ਹੀ ਰਿਸਪੋਂਸ ਦਿੱਤਾ, ਕਿਉਂਕਿ ਜਦੋਂ ਇਹਨੂੰ ਬਾਠ ਨੂੰ ਸ਼ਾਮਿਲ ਕੀਤਾ ਸੀ, ਸਗੋਂ ਰਿਸਪੋਂਸ ਤੇ ਕੀ ਮਿਲਣਾ ਸੀ, ਆਮ ਆਦਮੀ ਪਾਰਟੀ ਨੂੰ ਵਿਰੋਧ ਹੋਇਆ ਸੀ, ਕਿਉਂਕਿ ਇਹਦਾ ਬਾਠ ਦਾ ਪਿਛੋਕੜ ਹੈ ਜਿਹੜਾ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆਉਂਦਾ ਸੀ। ਦੂਜੇ ਪਾਸੇ ਜਿਹੜੀ ਬੀਬੀ ਯਾਮਨੀ ਗੁੰਮਰ ਆ, ਉਹਨੇ ਅੱਜ ਇਲਜ਼ਾਮ ਲਾਏ ਆ, ਉਹੀ ਇਲਜ਼ਾਮ ਜਿਹੜੇ ਕਿ ਅੱਗੇ ਲੱਗਦੇ ਆਮ ਤੌਰ ਤੇ ਕਿ ਜੀ ਸੰਜੇ ਸਿੰਘ ਦੁਰਗੇਸ਼ ਪਾਠ ਕਹਿ ਕਰਦੇ ਉਹ ਕਰਦੇ ਆ, ਇਹ ਕਦੇ ਲੋਕਾਂ ਦੀ ਪਾਰਟੀ ਸੀ, ਦਲਿਤਾਂ ਦੀ ਪਾਰਟੀ ਸੀ, ਅੱਜ ਇਹ ਪਾਰਟੀ ਹੈ ਜਿਹੜੀ ਪੰਜਾਬ ਵਿਰੋਧੀ ਪਾਰਟੀ ਹੈ, ਦਲਿਤ ਵਿਰੋਧੀ ਪਾਰਟੀ, ਉਹ ਬੀਬੀ ਵੀ ਤੱਤੀਆਂ ਠੱਡੀਆਂ ਸੁਣਾ ਕੇ ਚਲੀ ਗਈ ਹੈ। ਹੁਣ ਬੀਬੀ ਦਾ ਜਿਹੜਾ ਰੌਲਾ ਸੀ ਉਹ ਵੀ ਇਹੀ ਰੌਲਾ ਸੀਗਾ ਕਿ ਉਹਨੂੰ ਟਿਕਟ ਦੀ ਝਾਕ ਸੀ ਫਗਵਾੜੇ ਤੋਂ, ਉਹਨੂੰ ਟਿਕਟ ਨਹੀਂ ਮਿਲੀ, ਬੀਬੀ ਨੂੰ ਪਾਰਟੀ ਹੈ ਜਿਹੜੀ ਚੰਗੀ ਨਹੀਂ ਲੱਗੀ, ਤੇ ਇਸ ਕਰਕੇ ਉਹ ਚਲੀ ਗਈ ਹੈ। ਹੁਣ ਜਿਹੜੀ ਤੀਜੀ ਬੀਬੀ ਹੈ ਉਹ ਫਰੀਦਕੋਟ ਤੋਂ ਹੈ, ਡਾਕਟਰ ਜੀਵਨਜੋਤ ਕੌਰ, ਉਸ ਬੀਬੀ ਨੇ ਬਹੁਤ ਸੰਘਰਸ਼ ਕੀਤਾ। ਜਿਸ ਸਮੇਂ ਇਸ ਪਾਰਟੀ ਦਾ ਕਿਸੇ ਬਨੇਰੇ ਤੇ ਝੰਡਾ ਨਹੀਂ ਸੀ ਕੋਈ ਲਾਉਂਦਾ, ਉਸ ਸਮੇਂ ਡਾਕਟਰ ਜੀਵਨਜੋਤ ਕੌਰ ਨੇ ਫਰੀਦਕੋਟ, ਕੋਟਕਪੂਰਾ, ਮੁਕਤਸਰ, ਮਲੋਟ ਇਹਨਾਂ ਇਲਾਕਿਆਂ ਦੇ ਵਿੱਚ ਪਾਰਟੀ ਦਾ ਬਹੁਤ ਪ੍ਰਚਾਰ ਕੀਤਾ। ਪਰ ਜਾਪਦਾ ਇੱਥੇ ਵੀ ਹੈ, ਕਿਉਂਕਿ ਉਹਦੇ ਨਾਲ ਹੀ ਇੱਕ ਉਸੇ ਤਰ੍ਹਾਂ ਦਾ ਹੀ ਇਹਨਾਂ ਦਾ ਵਲੰਟੀਅਰ ਸੀਗਾ ਗੁਰਦਿੱਤ ਸਿੰਘ ਸੇਖੋਂ, ਉਹਨੂੰ ਟਿਕਟ ਮਿਲ ਗਈ। ਮੇਰੇ ਖਿਆਲ ਦੇ ਨਾਲ ਉੱਥੇ ਵੀ ਜਿਹੜਾ ਇਹ ਰੌਲਾ ਰਫੜ ਹੈ ਜਿਹੜਾ ਟਿਕਟ ਦਾ ਪੈ ਗਿਆ। ਸੋ ਇਸ ਕਰਕੇ ਇਹ ਵਿਦਾਇਗੀਆਂ ਤਿੰਨ ਹੋ ਗਈਆਂ। ਪਰ ਡਾਕਟਰ ਜੀਵਨਜੋਤ ਕੌਰ ਦਾ ਜਿਹੜਾ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੂੰ ਝਟਕਾ ਜ਼ਰੂਰ ਹੈ, ਕਿਉਂਕਿ ਉਹ ਮੋਢੀਆਂ ਦੇ ਵਿੱਚੋਂ ਸੀ ਤੇ ਬੀਬੀ ਹੈ ਜਿਹੜੀ ਬਹੁਤ ਕੰਮ ਕਰਦੀ ਸੀ ਪਾਰਟੀ ਲਈ। ਪਰ ਇਹ ਜਿਹੜੀਆਂ ਦੋ ਵਿਦਾਇਗੀਆਂ ਹੋਈਆਂ ਨੇ, ਬੀਬੀ ਯਾਮਨੀ ਗੁੰਮਰ ਦਾ ਜਾਣਾ ਕਹਿ ਲਈਏ ਜਾਂ ਬਲਵੀਰ ਸਿੰਘ ਬਾਠ ਦਾ, ਇਹ ਕੋਈ ਬਹੁਤਾ ਜ਼ਿਆਦਾ ਵੱਡਾ ਝਟਕਾ ਨਹੀਂ, ਨਾ ਹੀ ਬਹੁਤਾ ਹੈਰਾਨ ਕਰਨ ਵਾਲਾ ਇਹਨਾਂ ਦਾ ਜਾਣਾ ਆ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਜਿਸ ਤਰੀਕੇ ਨਾਲ ਬਲਵੀਰ ਸਿੰਘ ਬਾਠ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ, ਉਹਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਸੀਗਾ ਕਿ ਇੱਥੇ ਜਿਸ ਝਾਕ ਤੇ ਮੈਂ ਆਇਆ ਸੀ ਉਹ ਝਾਕ ਤੇ ਪੂਰੀ ਕੀ ਹੋਣੀ ਹੈ, ਉਲਟਾ ਮੈਨੂੰ ਇੱਥੇ ਪੁੱਛਦਾ ਦੱਸਦਾ ਹੀ ਕੋਈ ਨੀ। ਸੋ ਉਹ ਪੁੱਠੇ ਪੈਰੀ ਪਾਉਂਦੇ ਪੈਰੀ ਮੁੜ ਗਿਆ, ਬੀਬੀ ਯਾਮਨੀ ਗੁੰਮਰ ਵੀ ਚਲੀ ਗਈ ਹੈ। ਪਰ ਆਮ ਆਦਮੀ ਪਾਰਟੀ ਨੂੰ ਹੁਣ ਥੋੜਾ ਜਿਹਾ ਸੋਚਣਾ ਚਾਹੀਦਾ, ਕਿਉਂਕਿ ਉਦੋਂ ਸੁੱਚਾ ਸਿੰਘ ਛੋਟੇਪੁਰ, ਸੁੱਚਾ ਸਿੰਘ ਸਰੋਪੇਪੁਰ ਹੀ ਬਣ ਗਿਆ ਸੀ, ਵਿੱਚ ਹੋਰ ਵੀ ਦੋ ਚਾਰ ਇਹੋ ਜਿਹੇ ਬਣ ਗਏ ਸੀ ਕਿ ਜੀ ਹਵਾ ਬਣਦੀ ਬੰਦੇ ਲਈਓ, ਹਵਾ ਬਣਦੀ ਹੈ, ਤੇ ਇਹਨਾਂ ਨੂੰ ਹੁਣ ਸੋਚਣਾ ਪੈਣਾ ਹੈ ਕਿ ਜਿਹੜੀ ਹਵਾ ਬਣਾਉਂਦੇ ਸੀ ਉਹ ਹਵਾਈ ਬਣ ਕੇ ਤੁਹਾਡੇ ਕਿੱਲੇ ਪੁੱਟਣ ਡਈ ਹੈ। ਇਸ ਕਰਕੇ ਸੋਚ ਕੇ ਚੱਲਣ ਦੀ ਜ਼ਰੂਰਤ ਆ ਜੀ। ਬਿਲਕੁਲ, ਇਹ ਸਮਾਂ ਤੇ ਹੁਣ ਉਹਨਾਂ ਦੇ ਸੋਚਣ ਦਾ ਆ ਨਾ, ਵੀ ਅਸੀਂ ਕੀ ਕਰਨਾ ਆ। ਤੇ ਅੱਗੇ ਆਪਾਂ ਇੱਕ ਅਜੀਬੋ ਗਰੀਬ ਤਰ੍ਹਾਂ ਦੀ, ਇੱਕ ਸਿਪਾਹੀ ਨੇ ਖੁਦਕੁਸ਼ੀ ਦੇ ਮਾਮਲੇ ਵਿੱਚ 10 ਦਿਨ ਦੀ ਛੁੱਟੀ ਮੰਗੀ। ਇਸ ਸਿਪਾਹੀ ਦੀ ਦਾਸਤਾਨ ਵੀ ਬੜੀ ਅਜੀਬ ਹੈ ਜੀ। ਇਹਨੇ ਛੁੱਟੀ ਦੀ ਅਰਜੀ ਲਿਖ ਮਾਰੀ ਆਪਣੇ ਉਪ ਕਪਤਾਨ ਨੂੰ, ਡਿਪਟੀ ਨੂੰ, DSP ਨੂੰ। ਛੁੱਟੀ ਜਿਹੜੀ ਮੰਗੀ ਹੈ ਉਹਦਾ ਮੰਗਣ ਦਾ ਤਰੀਕਾ ਬੜਾ ਦਿਲਚਸਪ ਨਿਕਲਿਆ, ਬਹੁਤ ਵਾਇਰਲ ਹੋਈ ਹੈ ਉਹਦੀ ਛੁੱਟੀ ਦੀ ਅਰਜੀ। ਦੱਸਦੇ ਆ ਕਿ ਇਹ ਜਿਹੜਾ ਦੁਆਬੇ ਏਰੀਏ ਦੇ ਵਿੱਚ ਸਿਪਾਹੀ ਇੱਕ ਥਾਣੇ 'ਚ ਲੱਗਾ ਸੀ, ਇਹਦਾ ਵਿਆਹ ਸੀਗਾ, ਇਹਨੂੰ ਛੁੱਟੀ ਛਾਟੀ ਨਹੀਂ ਮਿਲੀ। ਇਹਨੇ ਫਿਰ ਚਿੱਠੀ ਲਿਖੀ, ਅਰਜੀ ਲਿਖੀ ਆਪਣੇ ਉਪ ਕਪਤਾਨ ਨੂੰ, ਕਹਿੰਦਾ ਜੀ ਬੇਨਤੀ ਆ ਕਿ ਮੇਰੀ ਜ਼ਿੰਦਗੀ ਦੇ ਮਾੜੇ ਦਿਨ, ਯਾਨੀ ਵਿਆਹ ਮਿਤੀ 4/12/2016 ਨੂੰ ਸ਼ੁਰੂ ਹੋ ਰਹੇ ਹਨ, ਜਿਸ ਕਰਕੇ ਮੇਰਾ ਜਾਣਾ ਬੜਾ ਜ਼ਰੂਰੀ ਹੈ, ਇਸ ਲਈ ਮਿਹਰਬਾਨੀ ਕਰਕੇ ਮੈਨੂੰ 10 ਕੁ ਦਿਨ ਦੀ ਛੁੱਟੀ ਦਿੱਤੀ ਜਾਵੇ ਤਾਂ ਕਿ ਮੈਂ ਸੋਚ ਸਕਾਂ ਕਿ ਆਤਮ ਹੱਤਿਆ ਕਰਨੀ ਹੈ ਜਾਂ ਨਹੀਂ, ਆਪ ਜੀ ਦਾ ਹੀ ਧੰਨਵਾਦੀ ਹੋਵਾਂਗਾ। ਹੁਣ ਉਹਨੇ ਆਪਣੇ ਵਿਆਹ ਨੂੰ ਮਿੱਠੀ ਆਤਮ ਹੱਤਿਆ ਦੱਸਿਆ ਤੇ ਇੱਕ ਵਾਸਤਾ ਪਾਇਆ, ਹਾੜਾ ਪਾਇਆ ਕਿ ਮੈਨੂੰ ਛੁੱਟੀ ਦੇ ਦਿੱਤੀ ਜਾਵੇ। ਸੋ ਪਤਾ ਨਹੀਂ ਹੁਣ ਛੁੱਟੀ ਦਿੱਤੀ ਹੈ ਕਿ ਨਹੀਂ ਦਿੱਤੀ। ਵੈਸੇ ਜਦੋਂ ਪੱਤਰਕਾਰਾਂ ਨੇ ਟੈਲੀਫੋਨ ਕਰਕੇ ਉਹ ਸੰਬੰਧਿਤ ਉਪ ਕਪਤਾਨ ਨੂੰ ਪੁੱਛਿਆ, ਵਰਜਨ ਨੂੰ ਲਿਆ,
ਤੇ ਉਹ ਕਹਿੰਦਾ ਕਿ ਇਹੋ ਜਿਹੀ ਤੇ ਕੋਈ ਗੱਲ ਨਹੀਂ ਹੈ, ਮੇਰੇ ਕੋਲ ਇਹੋ ਜਿਹੀ ਕੋਈ ਅਰਜ਼ੀ ਨਹੀਂ ਆਈ, ਪਰ ਦੱਸਦੇ ਸੂਤਰ ਕਿ ਇਹ ਵਾਕਿਆ ਅਸਲੀਅਤ ਹੈ, ਅਰਜ਼ੀ ਗਈ ਹੈ ਔਰ ਇੱਕ ਨਿਊਜ਼ ਪੋਰਟਲ ਨੇ ਅੱਜ ਉਹ ਅਰਜ਼ੀ ਹੈ ਜਿਹੜੀ ਖਬਰ ਦੇ ਵਿੱਚ ਪਾਈ ਵੀ ਹੈ, ਛਾਇਆ ਵੀ ਕੀਤੀ ਹੈ। ਇਹ ਦੇਖੋ ਖਾਈ ਤੇ ਦਿਲ ਰੱਖਦੇ ਸੀ ਹਮਦਰਦੀ ਦਿਲ ਦੇ ਵਿੱਚ ਕਿ ਇਸ ਸਿਪਾਹੀ ਨੂੰ ਤੇ 10 ਦਿਨ ਦੀ ਫਰਲੋ ਨਾਲ ਵੱਖਰੀ ਦੇ ਦੇਣੀ ਚਾਹੀਦੀ ਸੀ, ਕਿਉਂਕਿ ਉਹਨੇ ਵਿਆਹ ਨੂੰ ਇੰਨੀ ਗੰਭੀਰਤਾ ਨਾਲ ਲਿਆ ਕਿ ਵਿਆਹ ਨੂੰ ਖੁਦਕੁਸ਼ੀ ਦੱਸਣ ਡਿਆ। ਸੋ ਇਹੋ ਜਿਹੇ ਗੰਭੀਰ ਬੰਦੇ ਨੂੰ 10 ਦਿਨ ਦੀ ਵੱਧ ਦੇਣੀ ਚਾਹੀਦੀ ਹੈ ਕਿ ਛੁੱਟੀ ਲੈ ਲਾ ਵਾ, ਇੱਕ ਵਾਰੀ ਛੁੱਟੀ ਲੈ ਲਾ, ਵਿਆਹ ਕਰਵਾ ਲਾ, ਮੁੜ ਕੇ ਤੈਨੂੰ ਫਿਰ ਉਹ ਜਿਹੜੀ ਛੁੱਟੀ ਦਾ ਪਤਾ ਲੱਗ ਹੀ ਜਾਣਾ ਕਿ ਖੁਦਕੁਸ਼ੀ ਵਾਕਿਆ ਚ ਕੀ ਹੁੰਦੀ ਹੈ, ਫਿਰ ਕਬੀਲਦਾਰੀ ਸਿਰ ਤੇ ਪਈ ਜਦੋਂ ਤੋਂ ਪਤਾ ਲੱਗ ਜਾਏਗਾ। ਸੋ ਇਹ ਵੈਸੇ ਹਾਸੇ ਠੱਟੇ ਵਾਲਾ ਮਸਲਾ ਨਹੀਂ, ਮਸਲਾ ਸੋਚਣ ਵਾਲਾ ਵੀ ਆ। ਅਸੀਂ ਪੁਲਿਸ ਦੀ ਬੜੀ ਆਲੋਚਨਾ ਕਰਦੇ ਹਾਂ ਕਿ ਉਹਨਾਂ ਦਾ ਵਿਹਾਰ ਆ ਜੀ ਜਿਹੜਾ ਉਹ ਬੜਾ ਚਿੜਚਿੜਾ ਆ, ਉਹਨਾਂ ਦਾ ਸੁਭਾਅ ਹੈ ਜਿਹੜਾ ਉਹ ਬਹੁਤ ਗਰਮੀ ਵਾਲਾ ਹੈ, ਉਹ ਬੋਲਦੇ ਇਸ ਤਰ੍ਹਾਂ। ਅਸਲ ਦੇ ਵਿੱਚ ਇਹ ਪੰਜਾਬ ਪੁਲਿਸ ਦਾ ਇਹ ਇੱਕ ਦੁਖਾਂਤ ਆ ਕਿ ਇਹਨਾਂ ਨੂੰ ਨਾ ਤੇ ਛੋਟੇ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਾ ਕੋਈ ਛੁੱਟੀ ਆ ਨਾ ਕੋਈ ਰਹਿਤ ਆ, ਜੇ ਕੋਈ ਫਰਲੋ ਮਾਰ ਆਵੇ ਮਾਰ ਆਵੇ, ਜੇ ਕੋਈ ਫੜਿਆ ਜਾਵੇ ਫੜਿਆ ਜਾਵੇ। ਇਸ ਤਰ੍ਹਾਂ ਦਾ ਇਹਨਾਂ ਦਾ ਮਾਹੌਲ ਬਣਾ ਦਿੱਤਾ ਜਾਂਦਾ ਕਿ ਇੱਕ ਮਸ਼ੀਨਾਂ ਬਣ ਜਾਂਦੇ ਆ ਔਰ ਫਿਰ ਮਸ਼ੀਨਾਂ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦਾ ਬਿਹੇਵ ਕਰਦੀਆਂ। ਇਸ ਕਰਕੇ ਮੇਰੇ ਖਿਆਲ ਦੇ ਨਾਲ ਇਸ ਅਰਜ਼ੀ ਨੇ ਇੱਕ ਵਾਰ ਫਿਰ ਜਿਹੜੀ ਇਹਨਾਂ ਦੀ ਅੰਦਰੂਨੀ ਸਮੱਸਿਆ ਉਸਨੂੰ ਉਜਾਗਰ ਕਰ ਦਿੱਤਾ। ਪਰ ਸਾਡੀ ਇਹ ਬਦਕਿਸਮਤੀ ਹੈ ਕਿ ਅਸੀਂ ਇਹੋ ਜਿਹੇ ਗੰਭੀਰ ਮੁੱਦਿਆਂ ਨੂੰ ਬਸ ਹਾਸੇ ਠੱਠੇ ਚ ਲੈ ਕੱਢ ਦਿੰਦੇ ਹਾਂ, ਪਰ ਇਹ ਇੱਕ ਪੁਲਿਸ ਦਾ ਕਹਿ ਲਈਏ ਦੁਖਾਂਤ ਵਾਲਾ ਪੱਖ ਆ ਜਿਹੜਾ ਵਿਚਾਰਿਆ ਜਾਣਾ ਚਾਹੀਦਾ, ਕਿਉਂਕਿ ਇਹਨਾਂ ਨੂੰ ਕੋਈ ਸਰਦੀ ਦੀ ਕੋਈ ਗਰਮੀ ਦੀ ਕੋਈ ਛੁੱਟੀ ਨਹੀਂ। ਇੱਥੋਂ ਤੱਕ ਕਿ ਕਈ ਵਾਰੀ 8-8 ਘੰਟੇ ਉੱਥੇ ਪੁਲੀਆਂ ਤੇ ਖੜੇ ਰਹਿੰਦੇ ਆ, ਜਦੋਂ ਥਾਣੇ 'ਚ ਆਉਂਦੇ ਆ ਮੁੜ ਕੇ ਕਹਿ ਦਿੰਦੇ ਜੀ ਹਾਂਜੀ ਪੁੱਤ ਤੇ ਜਾ ਕੇ ਆਪਣੇ ਘਰੇ ਸੌ ਗਿਆ, ਹੁਣ ਬਾਪੂ ਆਉਣ ਵਾਲਾ, ਜਾ ਕੇ ਫਿਰ ਨਾਕੇ ਤੇ ਖੜ ਜਾਓ, ਕਿਉਂਕਿ ਪਿਓ ਪੁੱਤ ਜਿਹੜੇ ਆ ਉਹ ਅੱਜ ਕੱਲ੍ਹ ਤੁਰੇ ਫਿਰਦੇ ਆ ਸੱਤਾ ਦੇ ਜਿਹੜੇ ਮਾਲਕ ਆ। ਸੋ ਇਸ ਕਰਕੇ ਇਹਨਾਂ ਪੁਲਿਸ ਵਾਲਿਆਂ ਦੀ ਜਿਹੜੀ ਇਹ ਸਮੱਸਿਆ, ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਇਹੋ ਜਿਹਾ ਸਿਸਟਮ ਹੋਣਾ ਚਾਹੀਦਾ ਕਿ ਮਾਨਸਿਕ ਤੌਰ ਤੇ ਇੰਨੇ ਜ਼ਿਆਦਾ ਨਾ ਟੁੱਟਣ ਕਿ ਵਿਆਹ ਵੀ ਖੁਦਕੁਸ਼ੀ ਦੱਸ ਦੇਣ। ਜੀ ਜੀ ਬਿਲਕੁਲ, ਇਹ ਵੀ ਅਜੀਬੋ ਗਰੀਬ ਤਰ੍ਹਾਂ ਦੀ ਉਹਨੇ ਐਪਲੀਕੇਸ਼ਨ ਪਾਈ ਹੋਣੀ ਆ। ਤੇ ਅੱਗੇ ਆਪਾਂ ਨਾਭਾ ਜੇਲ੍ਹ ਦੇ ਵਿੱਚ ਜਿਹੜੀ ਬ੍ਰੇਕ ਹੋਈ ਸੀ ਉਸ ਤੋਂ ਬਾਅਦ ਸਸਪੈਂਡ ਕੀਤਾ ਗਿਆ ਜੇਲ੍ਹਾਂ ਦਾ ADGP ਮੁੜ ਬਹਾਲ। ਦੇਖੋ ਜਦੋਂ ਇਹ ਸਸਪੈਂਡ ਕਰਦੇ ਆ ਨਾ ਜੀ, ਉਦੋਂ ਨਾਲ ਦੀ ਨਾਲ ਉਹਦੇ ਕੰਨ ਚ ਸਸਪੈਂਸ਼ਨ ਦੀ ਐਕਸਪਾਇਰੀ ਡੇਟ ਵੀ ਦੱਸ ਦਿੰਦੇ ਆ ਕਿ ਆਹ ਤੇਰੀ ਐਕਸਪਾਇਰੀ ਡੇਟ ਆ, ਇੰਨੇ ਕੁ ਦਿਨਾਂ ਨੂੰ ਆ ਜੀ, ਜੇ ਕਿਤੇ ਦੂਰ ਰਿਸ਼ਤੇਦਾਰੀ ਤੇ ਉਧਰ ਨੂੰ ਨਿਕਲ ਜਾ, ਜੇ ਨਹੀਂ ਤੇ ਤੀਰਥ ਸਥਾਨਾਂ ਨੂੰ ਰੇਲ ਗੱਡੀ ਜਾਂਦੀ ਬਹਿ ਕੇ ਤੀਰਥ ਨਾ ਆਇਆ, ਕੋਈ ਨੀ ਜਦੋਂ ਨੂੰ ਆਏਗਾ ਉਦੋਂ ਨੂੰ ਬਹਾਲ ਹੋ ਜਾਏਗਾ। ਕਿਉਂਕਿ ਦੇਖੋ ਜਿਹੜੇ ਬੰਦੇ ਭੱਜੇ ਆ, 18 ਕੁ ਦਿਨ ਹੋਏ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਭੱਜਿਆ ਨੂੰ, 17-18 ਦਿਨ ਹੋਏ ਆ, ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਹਾਲੇ ਤੱਕ ਫੜਿਆ ਨਹੀਂ ਗਿਆ, ਸਿਵਾਏ 2-3 ਜਿਹੜੀਆਂ ਗ੍ਰਿਫਤਾਰੀਆਂ ਸ਼ੁਰੂਆਤੀ ਦੌਰ ਦੇ ਵਿੱਚ ਹੋਈਆਂ। ਪਰ ਜਿਹੜੇ ADGP ਸਾਹਿਬ ਸਨ, MK ਤਿਵਾੜੀ ਸਾਹਿਬ, ਉਹਨਾਂ ਨੂੰ ਬਹਾਲ ਵੀ ਕਰ ਦਿੱਤਾ ਗਿਆ। ਔਰ ਅਜੀਬੋ ਗਰੀਬ ਜੇ ਤਰਕ ਦੇ ਰਹੇ ਆ, ਸੋਹਣ ਸਿੰਘ ਟੰਡਲ ਉਦਣ ਤੇ ਬੋਲਿਆ ਨੀ ਹਫ਼ਤਾ ਜਿੱਦਣ ਏਡਾ ਵੱਡਾ ਕਾਂਡ ਹੋ ਗਿਆ, ਹੁਣ ਆ ਕੇ ਉਹ ਬੈਠਾਂ ਦੇ ਇੰਡੀਆ ਟੈਲੀਵਿਜ਼ਨ ਚੈਨਲਾਂ ਦੇ ਸਾਹਮਣੇ ਕਹਿੰਦਾ ਜੀ ਅਸੀਂ ਇਨਵੈਸਟੀਗੇਸ਼ਨ ਕੀਤਾ, ਸਾਡੇ ਹੋਮ ਸੈਕਟਰੀ ਨੇ ਇਨਵੈਸਟੀਗੇਸ਼ਨ ਕੀਤੀ, ਸਾਡੀ ਫਲਾਣੇ ਨੇ ਜਿਹੜੀ ਪੜਤਾਲ ਕੀਤੀ, DGP ਨੇ ਜਾਂਚ ਕੀਤੀ, ਉਹਦੇ ਚ ਪਾਇਆ ਕਿ ਇਹਦਾ ਕੋਈ ਕਸੂਰ ਨਹੀਂ, ਕਸੂਰ ਸੀਗਾ ਡਿਪਟੀ ਸੁਪਰਡੈਂਟ ਦਾ, ਕਸੂਰ ਸੀਗਾ ਸੁਪਰਡੈਂਟ ਦਾ, ਉਹਨਾਂ ਤੇ ਅਸੀਂ ਕਾਰਵਾਈ ਕਰ ਦਿੱਤੀ, ਇਹਦਾ ਕੋਈ ਕਸੂਰ ਹੀ ਨਹੀਂ ਸੀ। ਹੁਣ ਉਸ ਮੰਤਰੀ ਨੂੰ ਬੰਦਾ ਕੋਈ ਪੁੱਛੇ ਕਿ ਜਦੋਂ ਤੁਸੀਂ ਜਾਂਚ ਪੜਤਾਲ ਕੀਤੇ ਤੋਂ ਬਗੈਰ ਹੀ ਇਹਨੂੰ ਸਸਪੈਂਡ ਕਰ ਦਿੱਤਾ ਸੀ, ਤੁਹਾਨੂੰ ਉਦੋਂ ਨੀ ਪਤਾ ਹੈ ਕਿ ਅਸੀਂ ਪਹਿਲਾਂ ਜਾਂਚ ਕਰਵਾ ਲਈਏ, ਜੇ ਦੋਸ਼ੀ ਹੋਇਆ ਤੇ ਇਹਦੇ ਤੇ ਕਾਰਵਾਈ ਹੋ ਜਾਏ। ਕੱਲ ਨੂੰ ਮੰਨ ਲਓ ਸਸਪੈਂਡ ਕੀਤੇ ਜਿਹੜੇ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਆ, ਉਹਨਾਂ ਬਾਰੇ ਵੀ ਇਹੋ ਗੱਲ ਨਿਕਲਾਂਗੇ, ਇਹ ਤਾਂ ਜੀ ਬੇਦੋਸ਼ੀ ਹੈ ਤੇ ਤੁਸੀਂ ਦੋਸ਼ੀ ਕਰਾਰ ਦੇ ਕੇ ਉਹਨਾਂ ਨੂੰ ਘਰ ਨੂੰ ਤੋਰਿਆ ਹੋਇਆ। ਸੋ ਕੁਛ ਵੀ ਪਤਾ ਨੀ ਲੱਗਦਾ ਪਿਆ, ਬੜੀ ਅਜੀਬ ਜਿਹੀ ਸਥਿਤੀ ਬਣੀ ਪਈ ਹੈ ਪੰਜਾਬ ਸਰਕਾਰ ਦੀ ਕਿ ਇਹ ਸਸਪੈਂਡ ਕਰਦੇ ਆ ADGP ਨੂੰ, ਉਹ ਰੋਂਦਾ ਕਰਲਾਉਂਦਾ ਕਿ ਮੇਰਾ ਕੀ ਕਸੂਰ ਆ, ਮੇਰਾ ਕੋਈ ਗੁਨਾਹ ਨਹੀਂ ਹੈ, ਮੈਂ ਤੇ ਉੱਥੇ ਜੇਲ੍ਹ ਦੇ ਵਿੱਚ ਕੋਈ ਨਿਗਰਾਨੀ ਨਹੀਂ ਕਰਦਾ, ਮੈਨੂੰ ਕਾਹਤੋਂ ਸਸਪੈਂਡ ਕਰ ਦਿਓ। ਉਦੋਂ ਕਹਿੰਦੇ ਨਹੀਂ ਜੀ, ਜ਼ਿੰਮੇਵਾਰੀ ਤੇਰੀ ਹੈ। ਜੇ ਹੁਣ ਇੱਕ ਚੰਡੀਗੜ੍ਹ ਬੈਠੇ ਅਫਸਰ ਦੀ ਜ਼ਿੰਮੇਵਾਰੀ ਹੈ, ਤੇ ਫਿਰ ਜ਼ਿੰਮੇਵਾਰੀ ਤੇ ਸੋਹਣ ਸਿੰਘ ਟੰਡਲ ਦੀ ਵੀ ਸੀ, ਜ਼ਿੰਮੇਵਾਰੀ ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਵੀ ਸੀ, ਪਰ ਗਾਜ ਇਹਦੇ ਤੇ ਡਿੱਗੀ ਗਈ, ਗਾਜ ਕਿਉਂਕਿ ਨਜਾਇਜ਼ ਡਿੱਗੀ ਸੀ। ਇਸ ਕਰਕੇ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਜੋ ਕੀਤਾ ਉਹ ਅੱਖਾਂ 'ਚ ਧੂੜ ਪਾਉਣ ਲਈ ਲੋਕਾਂ ਦੇ ਕੀਤਾ, ਭਾਵੇਂ ਦੱਸ ਕੇ ਕੀਤਾ ਹੋਵੇ, ਇਸ ਕਰਕੇ ਸਾਨੂੰ ਇਸ ਅਫਸਰ ਨੂੰ ਗੱਦੀ ਤੇ ਚੜਾਉਣਾ ਹੀ ਪਵੇਗਾ, ਚੜਾ ਦਿੱਤਾ ਗਿਆ। ਇਹਨਾਂ ਦੀ ਸਸਪੈਂਸ਼ਨ ਤੇ ਇਹੋ ਜਿਹੀ ਹੁੰਦੀ ਹੈ, ਇੱਕ ਵਾਰੀ ਇਹਨਾਂ ਦਾ ਆਪਦਾ ਹੀ ਇੱਕ ਆਗੂ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਨਜਾਇਜ਼ ਤੌਰ ਤੇ ਕਥਿਤ ਤੌਰ ਤੇ ਮੁਕਾਬਲਾ ਬਣਾ ਕੇ ਮਾਰ ਦਿੱਤਾ। ਬਾਅਦ ਦੇ ਵਿੱਚ ਉਹਦੇ ਭੂਰੇ ਤੇ ਬਹਿ ਕੇ ਸੁਖਬੀਰ ਸਿੰਘ ਬਾਦਲ ਨੇ ਵੀ ਘਰਦੀ ਨੂੰ ਆਖਿਆ ਕਿ ਲੈ ਭੈਣੇ ਜਿਨ੍ਹਾਂ ਨੇ ਵੀ ਮਾਰਿਆ ਸੀ ਮੈਂ ਸਾਰਿਆਂ ਨੂੰ ਸਸਪੈਂਡ ਕਰਦਾ। ਅਸਲ ਦੇ ਵਿੱਚ ਸਸਪੈਂਡ ਨਹੀਂ ਕੀਤਾ ਸੀ, ਉਹਨਾਂ ਨੂੰ ਬਦਲ ਕੇ ਅੰਮ੍ਰਿਤਸਰ ਦੇ ਜ਼ਿਲ੍ਹੇ ਤੋਂ ਤਬਦੀਲ ਕਰਕੇ ਨਾਲ ਦੇ ਜ਼ਿਲ੍ਹੇ 'ਚ ਭੇਜ ਦਿੱਤਾ। ਇਹੋ ਜਿਹੇ ਇਹ ਕੰਮ ਕਰਦੇ ਆ
ਤਾਂ ਹੀ ਜਿਹੜੀ ਅਫਸਰਸ਼ਾਹੀ ਆ ਉਹ ਬੜੀ ਢਿੱਲੀ ਹੋਈ ਪਈ ਆ, ਉਹਦੇ ਸਕਰੂਪ ਤਾਂ ਹੀ ਕੱਸੇ ਨਹੀਂ ਜਾ ਰਹੇ ਕਿਉਂਕਿ ਇਹਨਾਂ ਦੀਆਂ ਬਦਲੀਆਂ, ਇਹਨਾਂ ਦੀਆਂ ਜਿਹੜੀਆਂ ਇਹ ਬਰਤਰਫੀਆਂ ਉਹ ਇਹੋ ਜਿਹੀਆਂ ਹੀ ਆ ਕਿ ਇੱਕ ਪਾਸੋਂ ਕੱਢਤਾ ਦੂਜੇ ਪਾਸੋਂ ਲਾ ਲਿਆ। ਇੱਥੇ ਲੁਧਿਆਣੇ ਦੇ ਵਿੱਚ ਇੱਕ ਬੀਬੀ ਸੀਗੀ ਨਰਸ, ਉਹਦੀ ਅਣਗਹਿਲੀ ਦੇ ਨਾਲ 4-5 ਬੱਚੇ ਮਰ ਗਏ ਸਨ, ਉਹਨੂੰ ਸਸਪੈਂਡ ਕਰ ਦਿੱਤਾ ਜਣੀ ਸਾਹਿਬ ਨੇ, ਬੜਾ ਤੱਤਾ ਸਸਪੈਂਡ ਕਰਤਾ ਜੀ, ਇਹ ਆ ਵੋ ਹੈ ਜੋ ਹੈ। 15 ਦਿਨਾਂ ਨੂੰ ਉਸੇ ਨਰਸ ਨੂੰ ਫਿਰ ਬਹਾਲ ਕਰ ਦਿੱਤਾ ਗਿਆ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਣੀ ਸਾਹਿਬ ਇਹ ਕੀ, 2 ਹਫ਼ਤੇ ਤੁਸੀਂ ਪਹਿਲਾਂ ਆ ਕੇ ਉਸ ਬੀਬੀ ਨੂੰ ਸਸਪੈਂਡ ਕੀਤਾ ਤੇ ਸਾਰਾ ਗੁਨਾਹ ਹੀ ਇਹਦਾ, 4-5 ਮਾਸੂਮ ਬੱਚੇ ਜਿਹੜੇ ਇਹਦੀ ਅਣਗਹਿਲੀ ਨਾਲ ਮਰੇ, ਤੇ ਹੁਣ ਕੀ ਹੋਇਆ? ਤੇ ਜੈਣੀ ਸਾਹਿਬ ਹੱਸ ਕੇ ਆਖਣ ਲੱਗੇ ਕਿ ਕਰੀਏ ਜੀ, ਮਜਬੂਰੀ ਆ, ਡਾਕਟਰਾਂ ਦੀ ਘਾਟ ਆ, ਬੀਬੀ ਨੂੰ ਲਾਉਣਾ ਹੀ ਪਏਗਾ। ਸੋ ਇਹਨਾਂ ਦੇ ਕੋਲ ਇਹੋ ਜਿਹੇ ਆਨੇ ਬਾਨੇ ਬਹੁਤ ਹੁੰਦੇ ਆ, ਪਰ ਜੋ ਵੀ ਹੋ ਰਿਹਾ ਉਹ ਹਾਸੋਹੀਣਾ ਜਿਹਾ ਹੋ ਰਿਹਾ ਕਿ ਮੁਲਜ਼ਮ ਫੜੇ ਨਹੀਂ ਗਏ, ਇਨਕੁਆਰੀਆਂ ਪਹਿਲਾਂ ਹੋ ਗਈਆਂ, ਬਰਤਰਫੀਆਂ ਪਹਿਲਾਂ ਹੋ ਗਈਆਂ, ਤੇ ਕਮਾਲ ਦੀ ਗੱਲ ਆ ਕਿ ਬਰਤਰਫੀਆਂ ਹੋ ਕੇ ਬਹਾਲੀਆਂ ਵੀ ਹੋ ਗਈਆਂ। ਭਾਜਪਾ ਨੂੰ 5 ਸੀਟਾਂ ਤੇ ਨਹੀਂ ਮਿਲ ਰਹੇ ਕੈਂਡੀਡੇਟ। ਭਾਰਤੀ ਜਨਤਾ ਪਾਰਟੀ ਨੇ ਇਹ ਹਾਲ ਆਪਣੇ ਆਪ ਹੀ ਬਣਾਇਆ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ, ਨਕਮਾਪੁਣਾ ਦਿਖਾਇਆ ਕਿ ਹੁਣ ਭਾਜਪਾ ਤੇ ਵੀ ਲੋਕਾਂ ਦੀ ਅੱਖ ਹੈ ਜਿਹੜੀ ਕਹਿਰੀ ਆ। ਹੁਣ ਇਹੀ ਕਾਰਨ ਆ ਕਿ ਦੇਖੋ ਇਹਨਾਂ ਨੂੰ ਫਿਰੋਜ਼ਪੁਰ ਦੇ ਵਿੱਚੋਂ ਕਮਲ ਸ਼ਰਮਾ ਕੋਲ ਜਵਾਬ ਹੋ ਗਿਆ, ਉਹੀ ਕਮਲ ਸ਼ਰਮਾ ਜਿਹਨੇ ਬੜੇ ਕਮਲ ਖਿਲਾਏ ਸੀਗੇ। ਇਹ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਪੀਏ ਹੁੰਦਾ ਸੀ, ਉਹਨੇ ਥਾਪੜਾ ਦੇ ਕੇ ਨੇ ਕਿ ਮੁੰਡਾ ਬਹੁਤ ਕੰਮ ਆ ਜੀ, ਮੁੰਡਾ ਬਹੁਤ ਚੰਗਾ, ਇਹਨੂੰ ਪ੍ਰਧਾਨ ਬਣਾ ਦਿਓ ਭਾਜਪਾ ਦਾ। ਉਹ ਭਾਜਪਾ ਦਾ ਪ੍ਰਧਾਨ ਘੱਟ ਸੀ ਤੇ ਅਕਾਲੀਆਂ ਦਾ ਵਰਕਰ ਜ਼ਿਆਦਾ ਸੀ, ਜੋ ਵੀ ਕਰਦਾ ਸੀ ਅਕਾਲੀਆਂ ਦੇ ਇਸ਼ਾਰੇ ਤੇ ਕਰਦਾ ਸੀ। ਹੁਣ ਉਹਨੂੰ ਪਤਾ ਕਿ ਖੇਡਾਂ ਜਿਹੜੀਆਂ ਖਰਾਬ ਹੋ ਚੁੱਕੀਆਂ, ਉਹ ਹੁਣ ਲੱਤ ਚੁੱਕਦਾ। ਫਿਰੋਜ਼ਪੁਰ ਦੇ ਵਿੱਚ ਇਹਨੂੰ ਕਹਿੰਦੇ ਆ ਕਿ ਤੂੰ ਇਲੈਕਸ਼ਨ ਲੜ, ਉਹ ਕਹਿੰਦਾ ਜੀ ਮੈਂ ਇੱਥੇ ਇਲੈਕਸ਼ਨ ਨਹੀਂ ਲੜਨਾ, ਐਤਕੀ ਤੁਸੀਂ ਦੂਜਾ ਲੱਭ ਲਓ। ਉਧਰੋਂ ਸੁਖਪਾਲ ਸਿੰਘ ਨੰਨੂ ਆ ਜਿਹੜਾ, ਉਹ ਤਿਆਰ ਹੈ, ਪਰ ਸੁਖਪਾਲ ਸਿੰਘ ਨੰਨੂ ਅੱਗੇ ਹਾਰਿਆ ਹੋਇਆ, ਇਸ ਕਰਕੇ ਸੁਖਪਾਲ ਸਿੰਘ ਨੰਨੂ ਤੇ ਵੀ ਉਤਾਰ ਨਹੀਂ ਖੇਡਦੇ ਪਏ। ਉੱਥੇ ਵੀ ਇਹਨਾਂ ਦੀ ਆਵਾਜਾਰੀ ਹੈ। ਦੂਜੇ ਪਾਸੇ ਫਿਰੋਜ਼ਪੁਰ ਤੋਂ ਥੱਲੇ ਨੂੰ ਆ ਜਾਈਏ, ਲਹਿੰਦੇ ਨੂੰ ਆ ਜਾਈਏ, ਅਬੋਹਰ ਆ, ਅਬੋਹਰ ਤੋਂ ਵੀ ਇਹਨਾਂ ਨੂੰ ਕੋਈ ਕੈਂਡੀਡੇਟ ਯੋਗ ਨਹੀਂ ਮਿਲਦਾ ਪਿਆ, ਕਿਉਂਕਿ ਉੱਥੇ ਸੁਨੀਲ ਜਾਖੜ ਜਿਹੜਾ ਕਾਂਗਰਸ ਦਾ ਬੜਾ ਧਾਕੜ ਨੇਤਾ, ਉਹ ਉੱਥੋਂ ਦਾ ਜੇਤੂ ਹੈ, ਤੇ ਉਹਦੀ ਜਿੱਤ ਦੇ ਇਸ ਸਿਲਸਿਲੇ ਨੂੰ ਤੋੜਨਾ ਕਿਸੇ ਛੋਟੇ ਮੋਟੇ ਲੀਡਰ ਦੇ ਵੱਸ ਦਾ ਰੋਗ ਨਹੀਂ। ਇਹ ਜਿਹੜੀ ਟਿਕਟ ਹੈ ਅਬੋਹਰ ਦੀ, ਉਹ ਇਹਨਾਂ ਦੇ ਕੋਟੇ 'ਚ ਆਉਂਦੀ ਹੈ। ਹੁਣ ਇਹਨਾਂ ਦੇ ਕੋਟੇ 'ਚ ਟਿਕਟ ਆਉਂਦੀ ਹੈ, ਇਹਨਾਂ ਦੇ ਕੋਲ ਸੁਨੀਲ ਜਾਖੜ ਦੀ ਸ਼੍ਰੇਣੀ ਦਾ ਕੋਈ ਲੀਡਰ ਨਹੀਂ ਹੈ ਜਿਹੜਾ ਜਾ ਕੇ ਉੱਥੇ ਇਲੈਕਸ਼ਨ ਲੜੇ ਤੇ ਉਹ ਸੁਨੀਲ ਜਾਖੜ ਦੇ ਜੇਤੂ ਰੱਥ ਨੂੰ ਰੋਕ ਸਕੇ। ਇਸ ਤਰ੍ਹਾਂ ਹੀ ਅਬੋਹਰ ਤੋਂ ਇਲਾਵਾ ਦਸੂਹਾ ਸੀਟ ਤੇ ਵੀ ਇਹਨਾਂ ਦਾ ਰੌਲਾ, ਉੱਥੇ ਸੁਰਜੀਤ ਕੌਰ ਸ਼ਾਹੀ ਜਿਹੜੀ ਵਿਧਾਇਕ ਆ ਉਹਨੂੰ ਉੱਥੋਂ ਹਟਾ ਕੇ ਅਵਿਨਾਸ਼ ਰਾਏ ਖੰਨਾ ਨੂੰ ਉਤਾਰਨ ਦੀ ਚਰਚਾ ਸੀ, ਪਰ ਉਹ ਕਿਉਂਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਮੈਂਬਰ ਲਗਾ ਦਿੱਤਾ ਗਿਆ, ਹੁਣ ਉੱਥੇ ਵੀ ਕੋਈ ਬੰਦਾ ਚਿਹਰਾ ਨਹੀਂ ਲੱਭਦਾ ਪਿਆ ਇਹਨਾਂ ਨੂੰ। ਜੇ ਰਾਜਪੁਰੇ ਆ ਜਾਈਏ, ਉੱਥੇ ਵੀ ਇਹੋ ਹਾਲ ਆ, ਜਿਹੜਾ ਉੱਥੋਂ ਦਾ ਸਾਬਕਾ ਵਿਧਾਇਕ ਸੀਗਾ ਤੇ CPS ਸੀਗਾ ਰਾਜ ਖੁਰਾਣਾ, ਉਹਦੀ ਸਿਹਤ ਨਹੀਂ ਠੀਕ, ਉਹਨੇ ਆਖਿਆ ਮੈਂ ਇਲੈਕਸ਼ਨ ਨਹੀਂ ਲੜਨਾ, ਮੇਰੀ ਹੈਲਥ ਨਹੀਂ ਠੀਕ। ਉਹਦੇ ਲਈ ਵੀ ਹੁਣ ਕਦੇ ਉਹ ਹਰਜੀਤ ਗਰੇਵਾਲ ਆ ਜਿਹੜਾ ਬਰਨਾਲੇ ਵਾਲਾ, ਉਹਨੂੰ ਧੱਕਦੇ ਆ ਕਿ ਤੂੰ ਇਲੈਕਸ਼ਨ ਲੜ, ਹੁਣ ਉਹ ਉੱਥੇ ਬਰਨਾਲੇ ਜਾ ਕੇ ਪੈਰ ਲਾ ਲਏਗਾ। ਸੰਭਵ ਨਹੀਂ ਜਾਪਦਾ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਜਾ ਕੇ ਹਰਜੀਤ ਗਰੇਵਾਲ ਉੱਥੇ ਥਾਂ ਬਣਾ ਲਏਗਾ। ਇਸ ਤਰ੍ਹਾਂ ਹੋਰ ਵੀ ਜਿਵੇਂ ਦੀਨਾਨਗਰ ਸੀਟ ਆ ਜਾਂ ਅੰਮ੍ਰਿਤਸਰ ਜਿੱਥੋਂ ਬੀਬੀ ਨਵਜੋਤ ਕੌਰ ਸਿੱਧੂ ਗਈ ਹੈ, ਉਸ ਸੀਟ ਦਾ ਵੀ ਰੌਲਾ, ਕਿਉਂਕਿ ਬੀਬੀ ਨਵਜੋਤ ਕੌਰ ਸਿੱਧੂ ਉਸ ਸੀਟ ਤੋਂ ਗਈ ਨਹੀਂ, ਉਹਨੇ ਦੁਬਾਰਾ ਉਸ ਸੀਟ ਤੇ ਲੜਨਾ ਵੀ ਹੈ। ਇਸ ਕਰਕੇ ਉਹਦੇ ਮੁਕਾਬਲੇ ਦਾ ਇਹਨਾਂ ਨੂੰ ਕੋਲੇ ਕੈਂਡੀਡੇਟ ਹੈ ਜਿਹੜਾ ਨਹੀਂ ਲੱਭਦਾ ਪਿਆ ਉੱਥੋਂ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਹਾਲਤ ਹੈ ਜਿਹੜੀ, ਉਹ ਮੇਲਾ ਲੱਗਣ ਤੋਂ ਪਹਿਲਾਂ ਹੀ ਮੇਲਾ ਉਜੜਨ ਵਾਲੀ ਹੋਈ ਪਈ ਹੈ ਕਿ ਕਿਹਨੂੰ ਕਿੱਥੇ ਤਾਰਿਆ ਜਾਵੇ। ਇਹਨਾਂ ਦੇ ਕੋਲ ਕੋਈ ਵੀ ਉਸ ਸੀਟ ਦੇ ਮੁਕਾਮ ਦਾ ਬਰਾਬਰ ਦਾ ਕੋਈ ਚਿਹਰਾ ਨਜ਼ਰ ਨਹੀਂ ਆਉਂਦਾ। ਹੁਣ ਇਹ ਹਾਲ ਜਿਹੜਾ ਹੋਇਆ ਪਿਆ ਭਾਰਤੀ ਜਨਤਾ ਪਾਰਟੀ ਦਾ, ਉਹਦੇ 'ਚ ਇਹ ਆਪ ਹੀ ਦੋਸ਼ੀ ਹੈ, ਕੋਈ ਹੋਰ ਨਹੀਂ, ਕਿਉਂਕਿ ਇਹਨਾਂ ਨੇ ਬਾਂਹ ਫੜ ਕੇ ਅਕਾਲੀਆਂ ਦੀ ਹਾਂ ਦੇ ਵਿੱਚ ਹਾਂ ਮਲਾਈ ਹੈ। ਉਸ ਹਾਂ ਦਾ ਹੁਣ ਜਦੋਂ ਸਿੱਟਾ, ਜਿਵੇਂ ਕਲਦੀ ਮਾਣਕਾ ਆਉਂਦਾ ਸੀਗਾ, ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਸਾਹਿਬਾਂ ਉੱਚੀ ਉੱਚੀ ਮਾਰਦੀ ਹੈ ਤਾਂ, ਹੁਣ ਉੱਚੀ ਉੱਚੀ ਧਾ ਮਾਰਦੇ ਆ, ਪਰ ਇਹ ਧਾ ਜੋ ਮਰਜ਼ੀ ਮਾਰੀ ਜਾਣ ਮੈਦਾਨ ਦੇ ਵਿੱਚ ਇਹਨਾਂ ਨੂੰ ਜਾਣਾ ਪਵੇਗਾ। ਹਾਲਾਂਕਿ ਇੱਕ ਚੀਜ਼ ਜਿਹੜੀ ਹੈ ਉਹ ਵੇਖਣ ਵਾਲੀ ਹੈ, ਉਹ ਇਹ ਹੈ ਕਿ ਭਾਜਪਾ ਦੇ ਕਾਡਰ ਦਾ ਇੱਕ ਹਿੱਸਾ ਅਕਾਲੀਆਂ ਦੇ ਨਾਲ ਜਾ ਕੇ ਰਾਜੀ ਨਹੀਂ ਸੀ। ਉਹਦਾ ਕਾਰਨ ਇਹ ਸੀ, ਉਹ ਸੋਚਦੇ ਸਨ ਤੇ ਉਹ ਆਪਣੇ ਲੀਡਰਾਂ ਨੂੰ ਕਹਿੰਦੇ ਵੀ ਸਨ ਕਿ ਇੱਕ ਤੇ ਅਸੀਂ ਅਕਾਲੀਆਂ ਦੇ ਹੱਥੋਂ ਜਲੀਲ ਹੋ ਰਹੇ ਹਾਂ, ਨਮੋਸ਼ੀ ਚੱਲਣੀ ਪੈਂਦੀ ਹੈ ਸਾਨੂੰ, ਸਾਨੂੰ ਇਹ ਇਸ ਤਰ੍ਹਾਂ ਰੱਖਦੇ ਆ ਜਿਵੇਂ ਅਸੀਂ ਇਹਨਾਂ ਦੇ ਸਿਰੀ ਪਾਲੀ ਹੋਈਏ, ਤੇ ਦੂਜੇ ਪਾਸੇ ਅਸੀਂ ਆਪਣੀ ਪਾਰਟੀ ਦਾ ਨੁਕਸਾਨ ਕਰਵਾ ਰਹੇ ਹਾਂ, ਇਸ ਕਰਕੇ ਸਾਨੂੰ ਗੱਠਜੋੜ ਤੋਂ ਬਾਹਰ ਆ ਜਾਣਾ ਚਾਹੀਦਾ। ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਦੀਆਂ ਆਪਦੀਆਂ ਮਜਬੂਰੀਆਂ ਠਹਿਰੀਆਂ, ਉਹ ਨਹੀਂ ਆ ਸਕਦੇ, ਇਸ ਕਰਕੇ ਹੁਣ ਉਹ ਗੱਠਜੋੜ ਤੋਂ ਬਾਹਰ ਨਹੀਂ ਆਏ, ਪਰ ਹੁਣ ਮੈਦਾਨ ਦੇ ਅੰਦਰ ਉਹਨਾਂ ਨੂੰ ਜਾਣਾ ਪਏਗਾ। ਮੈਦਾਨ ਦੇ ਅੰਦਰ ਹਾਲ ਕੀ ਹੋਏਗਾ ਉਹਦਾ ਅਸੀਂ ਅੰਦਾਜ਼ਾ ਇਸੇ ਚੀਜ਼ ਤੋਂ ਲਾ ਸਕਦੇ ਹਾਂ ਕਿ ਇਲੈਕਸ਼ਨ ਲੜਨ ਦੀ ਵੀ ਇੱਕ ਦੂਜੇ ਨੂੰ ਧੱਕੇ ਮਾਰਦੇ ਕਿ ਤੂੰ ਲੜ ਤੂੰ ਲੜ।
ਆ ਬਿਲਕੁਲ ਨਹੀਂ ਕੁਛ ਦੀਦਾ ਉੱਥੇ ਟੋਕਰੀ ਦੇ ਵਿੱਚ ਤਾਂ ਹੀ ਕਹਿੰਦੇ ਆ ਜੀ। ਅਖੀਰ ਦੇ ਵਿੱਚ ਆਪਾਂ ਜਾਂਦੇ ਜਾਂਦੇ ਸਵਾਲ ਆਪਾਂ ਕਰਦੇ ਹਾਂ ਜੀ ਕਿ ਜਥੇਦਾਰ ਹੋਰਾਂ ਨੇ ਹੁਣ ਸਿੱਖਾਂ ਨੂੰ ਆਦੇਸ਼ ਦਿੱਤਾ ਆ ਕਿ ਸਾਦੇ ਢੰਗ ਨਾਲ ਵਿਆਹ ਕਰੋ, ਜਿਹੜਾ ਕਿ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਬਿਲਕੁਲ ਸਹਿਮਤ ਹਾਂ ਜੀ ਮੈਂ ਤੁਹਾਡੀ ਗੱਲ ਨਾਲ ਬਲਵਿੰਦਰ ਕੌਰ ਜੀ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਪਰ ਅਫਸੋਸ ਦੀ ਗੱਲ ਕਿ ਇਹ ਬਹੁਤ ਲੇਟ ਗੁਰਮਤਾ ਆਇਆ, ਪਰ ਜਦੋਂ ਆਇਆ ਉਸ ਦੌਰ ਦੇ ਵਿੱਚ ਆਇਆ ਕਿ ਲੋਕ ਇਹ ਸੋਚ ਰਹੇ ਆ ਕਿ ਕਿਤੇ ਇਹ ਵੀ ਨੋਟਬੰਦੀ ਨੂੰ ਸਹਾਰਾ ਤਾਂ ਨਹੀਂ ਦੇਣ ਡਿਆ ਕਿਉਂਕਿ ਅਕਾਲੀ ਇਸ ਨੋਟ ਜਾਇਜ਼ ਠਹਿਰਾਉਣ ਡਿਆ, ਪਰ ਜੋ ਮਰਜ਼ੀ ਆ ਅਸੀਂ ਇਹਨੂੰ ਸਿਆਸੀ ਪੱਖ ਤੋਂ ਨਾ ਲਈਏ, ਅਸੀਂ ਇਹਨੂੰ ਸਮਾਜਿਕ ਪੱਖ ਤੋਂ ਲਈਏ, ਚਾਹੇ ਮਨਸ਼ਾ ਚਾਹੇ ਭਾਵਨਾ ਚਾਹੇ ਕੋਈ ਵੀ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਜ਼ਰੂਰਤ ਸੀ ਕਿਉਂਕਿ ਸਿੱਖ ਧਰਮ ਦੇ ਵਿੱਚ ਖਾਸ ਤੌਰ ਤੇ ਅੱਜ ਇਹ ਕਲਚਰ ਬਣ ਚੁੱਕਿਆ ਕਿ ਪੈਲਸ ਦੇ ਵਿੱਚ ਵਿਆਹ, ਇੱਥੋਂ ਤੱਕ ਕਿ ਜਿਹੜੇ ਮਰਨੇ ਹੁੰਦੇ ਆ ਵੱਡਿਆਂ ਕਰਦੇ ਆ ਉਹਦੇ ਤੇ ਵੀ ਬਹੁਤ ਲੱਖਾਂ ਰੁਪਇਆ ਜਿਹੜਾ ਰੋੜਿਆ ਜਾਂਦਾ। ਪੈਲਸ ਵਾਲਾ ਕਲਚਰ ਤੇ ਇੰਨਾ ਮਹਿੰਗਾ ਪੈ ਗਿਆ ਕਿ ਦੇਖੋ ਇੱਕ ਥਾਲੀ ਜਿਹੜੀ ਹੁੰਦੀ ਆ ਉਹ ਪਲੇਟ ਜਿਹਨੂੰ ਕਹਿ ਦਿੰਦੇ ਆ ਉਹ 1500 ਦੀ ਹੁੰਦੀ ਹੈ, ਦੇਖੋ 400-500 ਮਹਿਮਾਨ ਆ ਗਿਆ ਤੇ ਗੱਲ ਹੈ ਜਿਹੜੀ ਉਹ 7-8 ਲੱਖ ਚ ਚਲੇ ਗਈ, ਰੋਟੀ 7-8 ਲੱਖ ਚ ਪੈਂਦੀ ਆ। ਹੁਣ ਇਹਨਾਂ ਨੇ ਜੋ ਗੁਰਮਤਾ ਕੀਤਾ ਉਹਦੇ ਮੁਤਾਬਕ ਕਿਹਾ ਵਾ ਕਿ ਤੁਸੀਂ ਸਾਦੇ ਵਿਆਹ ਕਰੋ, ਆਨੰਦ ਕਾਰਜ ਕਰੋ ਗੁਰੂ ਦੀ ਹਜ਼ੂਰੀ ਦੇ ਵਿੱਚ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇਕਰ ਤੁਸੀਂ ਸਾਡੇ ਕਮੇਟੀ ਵਾਲੇ ਗੁਰਦੁਆਰਿਆਂ ਦੇ ਵਿੱਚ ਆਨੰਦ ਕਾਰਜ ਕਰਵਾਉਂਦੇ ਹੋ ਤੇ ਅਸੀਂ ਉੱਥੇ ਲੰਗਰ ਦੀ ਵਿਵਸਥਾ ਵੀ ਕਰੀਏ ਤਾਂ ਕਿ ਤੁਹਾਨੂੰ ਭੋਜਨ ਤੇ ਵੀ ਖਰਚ ਨਾ ਕਰਨਾ ਪਵੇ। ਤੇ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਆ, ਚੰਗਾ ਉਦਮ ਕੀਤਾ ਗਿਆਨੀ ਗੁਰਬਚਨ ਸਿੰਘ ਨੇ। ਵੈਸੇ ਤੇ ਗਿਆਨੀ ਗੁਰਬਚਨ ਸਿੰਘ ਭਰੋਸਾ ਜਿਹੜਾ ਉਹ ਪੰਥ ਦੇ ਇੱਕ ਬਹੁਤ ਵੱਡੇ ਤਬਕੇ ਚ ਗਵਾ ਚੁੱਕਾ, ਪਰ ਫਿਰ ਵੀ ਮੇਰੇ ਖਿਆਲ ਦੇ ਨਾਲ ਉਹਦੀ ਇਸ ਰਾਏ ਨਾਲ ਉਹਦੀ ਇਸ ਸਲਾਹ ਨਾਲ ਸਾਰੇ ਸਹਿਮਤ ਹੋਣਗੇ। ਪਰ ਪੰਗਾ ਇਹ ਹੈ ਕਿ ਕੀ ਇਹਨਾਂ ਦੇ ਆਪਦੇ ਲੋਕ ਹੀ ਪੰਥ ਦੇ ਲੰਬੜਦਾਰ ਹੀ ਇਸ ਚੀਜ਼ ਨੂੰ ਅਪਣਾਉਣਗੇ। ਆ ਥੋੜਾ ਸਮਾਂ ਪਹਿਲਾਂ ਸਾਡੇ ਇਲਾਕੇ ਦੇ ਵਿੱਚ SGPC ਕਮੇਟੀ ਦੇ ਇੱਕ ਮੈਂਬਰ ਨੇ, ਬਹੁਤ ਵੱਡੇ ਮੈਂਬਰ ਨੇ, ਆਪਣੀ ਧੀ ਦਾ ਵਿਆਹ ਕੀਤਾ ਤੇ ਧੀ ਦਾ ਵਿਆਹ ਜਿਹੜਾ ਇੱਥੇ ਉਹ ਤੇ ਕੀਤਾ ਹੀ ਕੀਤਾ, ਲੁਧਿਆਣੇ ਜਾ ਕੇ ਵੀ ਉਹਨੇ ਬਹੁਤ ਸਾਰਾ ਪੈਸਾ ਰੋੜਿਆ। ਇਸੇ ਤਰ੍ਹਾਂ ਇੱਕ SGPC ਕਮੇਟੀ ਮੈਂਬਰ ਨੇ ਪਿੱਛੇ ਜੇ ਵਿਆਹ ਕੀਤਾ ਸੀ ਤੇ ਉਹਦੇ ਘਰ ਜਿਹੜੇ ਆਏ ਮਹਿਮਾਨ ਸਨ ਉਹਨਾਂ ਦੀਆਂ ਗੱਡੀਆਂ ਲਈ ਪਾਰਕਿੰਗ ਹੀ 10 ਕਿੱਲਿਆਂ ਚ ਬਣਾਈ ਗਈ ਸੀ। ਇਹ ਲੋਕ ਵੀ ਇਸ ਮਾਡਲ ਨੂੰ ਅਪਣਾਉਣਗੇ ਤਾਂ ਕਿ ਪਿਰਤ ਪਵੇ ਕਿ ਅਕਾਲੀ ਦਲ ਦੇ ਵੱਡੇ ਲੀਡਰ ਇਹੋ ਜਿਹੀ ਮਿਸਾਲ ਇਹੋ ਜਿਹੀ ਪਹਿਲ ਪੈਦਾ ਕਰਨਗੇ ਪਹਿਲਾਂ ਕਿ ਨਹੀਂ ਜੀ ਸਾਡੇ ਕੋਲੋਂ ਹੁਣ ਉਹ ਜਿਹੜਾ ਖਰਚੀਲੇ ਵਿਆਹ ਕਰਨ ਵਾਲਾ ਸੀਗਾ ਉਹ ਸਮਾਂ ਜਿਹੜਾ ਉਹ ਸਾਡੇ ਕੋਲ ਲੰਘ ਚੁੱਕਾ, ਅਸੀਂ ਹੁਣ ਪਿੱਛੇ ਨੂੰ ਵਰਤੀਏ। ਮੇਰੇ ਖਿਆਲ ਦੇ ਨਾਲ ਪਹਿਲ ਇਹਨਾਂ ਨੂੰ ਕਰਨੀ ਚਾਹੀਦੀ ਹੈ। ਔਰ ਦੂਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿਉਂਕਿ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਹਿੱਸਾ ਜਥੇਦਾਰ ਨਹੀਂ ਮੰਨਦਾ, ਪਰ ਉਹਦਾ ਕਿਉਂਕਿ ਇਹ ਗੁਰਮਤਾ ਇਹ ਸੁਝਾਅ ਵਧੀਆ, ਇਸ ਕਰਕੇ ਮੇਰੇ ਖਿਆਲ ਦੇ ਨਾਲ ਸਰਬੱਤ ਖਾਲਸਾ ਵਾਲੇ ਜਿਹੜੇ ਜਥੇਦਾਰ ਹੈ ਉਹਨਾਂ ਨੂੰ ਵੀ ਇਹ ਗੁਰਮਤਾ ਕਰ ਦੇਣਾ ਚਾਹੀਦਾ, ਕਿਉਂਕਿ ਅੱਧੇ ਉਹਨੂੰ ਜਥੇਦਾਰ ਮੰਨਦੇ ਆ, ਅੱਧੇ ਉਹਨੂੰ ਮੰਨਦੇ ਆ, ਜਿਹੜੇ ਉਹਨੂੰ ਮੰਨਦੇ ਆ ਉਹ ਵੀ ਇਹਨੂੰ ਫੋਲੋ ਕਰਨ, ਜਿਹੜੇ ਸਰਬੱਤ ਖਾਲਸਾ ਨੂੰ ਮੰਨਦੇ ਆ ਉਹ ਇਹਨੂੰ ਫੋਲੋ ਕਰਨ, ਰਲ ਮਿਲ ਕੇ ਫੋਲੋ ਕਰਨ, ਪਹਿਲ ਕਰਨ, ਤੇ ਮੇਰੇ ਖਿਆਲ ਦੇ ਨਾਲ ਬਰਬਾਦ ਹੋਣ ਤੋਂ ਬਚ ਜਾਣਗੇ ਲੋਕ। ਜੇ ਸਿੱਖਾਂ ਵੱਲ ਮੋੜਾ ਪੈ ਜਾਵੇ, ਸਿੱਖਾਂ ਨੂੰ ਵੇਖ ਕੇ ਦੂਜੇ ਧਰਮਾਂ ਦੇ ਜਿਹੜੇ ਅਨਿਆਈ ਆ ਉਹ ਵੀ ਇਸ ਤਰ੍ਹਾਂ ਕਰ ਸਕਦੇ ਆ, ਜਾਂ ਉਹਨਾਂ ਦੇ ਜਿਹੜੇ ਧਰਮ ਦੇ ਸੰਚਾਲਕ ਆ ਲੋਕ ਜਿਹੜੇ ਉੱਤੇ ਰਹਿਬਰ ਆ ਉਹਨਾਂ ਦੇ ਉਹ ਵੀ ਕੋਈ ਇਸ ਤਰ੍ਹਾਂ ਦੇ ਗੁਰਮਤੇ ਕਹਿੰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਕਰ ਸਕਦੇ ਆ। ਸੋ ਰਲ ਮਿਲ ਕੇ ਇਹੋ ਜਿਹਾ ਇੱਕ ਸੱਭਿਆਚਾਰ ਜਿਹੜਾ ਉਹ ਬਣਾਇਆ ਜਾ ਸਕਦਾ ਜਿਹਦੇ ਤਹਿਤ ਨਾ ਸਿਰਫ ਪੈਸੇ ਦਾ ਉਜਾੜਾ ਹੋਵੇ ਬਲਕਿ ਸਾਦਗੀ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਜਿਵੇਂ ਦਾਜ ਹੈ ਜਾਂ ਜਿਹੜੀ ਭਰੂਣ ਹੱਤਿਆ ਉਹ ਬੁਰਾਈਆਂ ਵੀ ਖਤਮ ਹੋ ਜਾਣ। ਜੀ ਜੀ, ਥੈਂਕ ਯੂ ਮੈਂਟੂ ਗੁਰਸਰੀਆ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸ਼ੁਕਰੀਆ। ਅਤੇ ਜੀ ਸਰੋਤੇ, ਇਹ ਸਨ ਮੈਂਟੂ ਗੁਰਸਰੀਆ ਜੀ, ਸਾਡੇ ਨਾਲ ਕਰਦੇ ਨੇ, ਖਬਰਾਂ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਇਹ ਪਿਆਰ ਭਰੀ ਸਤਿ ਸ੍ਰੀ ਅਕਾਲ।